ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਵਿਸ਼ਾ ਰੱਖਿਆ ਗਿਆ ਚਰਚਾ ਵਾਸਤੇ ਕਿ ਅਜੋਕਾ ਸੰਸਾਰ ਅਤੇ ਸਿੱਖ, ਸਰਸਰੀ ਜੀ ਨਜ਼ਰ ਨਾਲ ਦੇਖਿਆ ਇਹ ਲੱਗ ਸਕਦਾ ਕਿ ਇਹਦੇ 'ਚੋਂ ਕੋਈ ਠੋਸ ਮੂੰਹ ਮੱਥਾ ਨਹੀਂ ਬਣਦਾ ਕਿ ਕੀ ਗੱਲ ਕੀਤੀ ਜਾਵੇਗੀ, ਕਿਉਂਕਿ ਬੜਾ ਵਿਸ਼ਾਲ ਅਤੇ ਵੇਗ ਜਿਹਾ ਦਿਸ਼ਾ ਹੈ। ਪਰ ਕਈ ਵਾਰ ਦਿਸ਼ੇ ਦੀ ਗੱਲ ਐਡੀ ਨਹੀਂ ਹੁੰਦੀ, ਜੋ ਗੱਲ ਕਰਨੀ ਹੈ ਇੱਕ ਵੱਡੇ ਦਾਇਰੇ 'ਚ ਰਹਿ ਕੇ ਉਹ ਮਹੱਤਵਪੂਰਨ ਹੁੰਦੀ ਹੈ। ਸੋ ਅਜੋਕਾ ਸੰਸਾਰ ਅਤੇ ਸਿੱਖ ਇਹ ਦੋ ਪੱਖ ਬਣ ਜਾਂਦੇ ਆ, ਜਿਹਦੇ 'ਚੋਂ ਮਹੱਤਵਪੂਰਨ ਗੱਲ ਇਹ ਹੈ ਕਿ ਅੱਜ ਦੇ ਸੰਸਾਰ 'ਚ ਸਿੱਖਾਂ ਨੇ ਆਪਣਾ ਕੀ ਰੋਲ ਨਿਭਾਉਣਾ ਹੈ, ਕਿਹੋ ਜਿਹੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਅਤੇ ਫਰਜ਼ ਬਣਦੇ ਨੇ ਸਿੱਖ ਹੋਣ ਦੇ ਨਾਤੇ। ਵੈਸੇ ਤਾਂ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ ਹਰ ਮਨੁੱਖ ਜਿਹੜਾ ਹੈ ਉਹਦਾ ਮਨੁੱਖ ਹੋਣ ਦੇ ਨਾਤੇ ਵੀ ਬਹੁਤ ਫਰਜ਼ ਅਤੇ ਜ਼ਿੰਮੇਵਾਰੀਆਂ ਬਣਦੀਆਂ ਕਿ ਜੇ ਉਹਨੇ ਇੱਕ ਮਨੁੱਖ ਦੇ ਤੌਰ 'ਤੇ ਜਿਉਣਾ ਤਾਂ ਕਿਸ ਤਰ੍ਹਾਂ ਜਿਉਣਾ। ਫਿਰ ਉਹ ਪਰ ਆਪਾਂ ਦੇਖਦੇ ਹਾਂ ਜੋ ਕੁਛ ਵਾਪਰ ਰਿਹਾ ਉਹਦੇ 'ਚ ਮਨੁੱਖਤਾ ਤੋਂ ਬਹੁਤ ਕੁਛ ਥੱਲੇ ਡਿੱਗ ਕੇ ਵਾਪਰ ਰਿਹਾ। ਕਿਸੇ ਨੂੰ ਲੁੱਟਣਾ, ਕਿਸੇ ਨੂੰ ਦਬਾਉਣਾ, ਕਿਸੇ ਨੂੰ ਨਿੰਦਣਾ, ਕਿਸੇ ਨੂੰ ਮਾਰਨਾ, ਕਿਸੇ ਤੋਂ ਵਿੱਦਿਆ ਦੇ ਸਾਧਨ ਖੋਹ ਲੈਣੇ, ਕਿਸੇ ਤੋਂ ਵਿਕਾਸ ਦੇ ਮੌਕੇ ਖੋਹ ਲੈਣੇ, ਇਹ ਸਾਰਾ ਕੁਛ ਹੀ ਬੰਦੇ ਨੂੰ ਮਨੁੱਖਤਾ ਦੇ ਪੱਧਰ ਤੋਂ ਹੇਠਾਂ ਲਿਆਉਣ ਵਾਲਾ, ਜਿਹਨੂੰ ਆਪਾਂ ਇੱਕ ਸ਼ਬਦ 'ਚ ਕਹਿ ਸਕਦੇ ਹਾਂ ਕਿ ਡੀਹਿਊਮਨਾਈਜ਼ ਕਰਨਾ ਹਿਊਮਨ ਬੀਇੰਗ ਨੂੰ। ਸੋ ਹਿਊਮਨ ਬੀਇੰਗ ਹੋਣ ਦੇ ਨਾਤੇ ਹੀ, ਮਨੁੱਖ ਹੋਣ ਦੇ ਨਾਤੇ ਹੀ ਹਰ ਮਨੁੱਖ ਦਾ ਇਹ ਹੱਕ ਹੈ ਕਿ ਉਹਨੂੰ ਉਹ ਸ਼ਾਨ ਅਤੇ ਆਜ਼ਾਦੀ ਮਿਲੇ ਜਿਹਦੇ ਨਾਲ ਉਹ ਆਪਣੀ ਸ਼ਖਸੀਅਤ, ਆਪਣੀਆਂ ਸੁਭਾਵਨਾਵਾਂ, ਆਪਣੀਆਂ ਸਮਰੱਥਾਵਾਂ ਜਿੰਨੀਆਂ ਵੀ ਉਹਦੇ ਵਿੱਚ ਹੈ ਉਹ ਉਹਨਾਂ ਨੂੰ ਪ੍ਰਫੁੱਲਿਤ ਕਰ ਸਕੇ। ਸੋ ਇਸ ਕਰਕੇ ਇੱਕ ਤਾਂ ਮਨੁੱਖ ਹੋਣ ਦੇ ਨਾਤੇ ਹੀ ਸਾਡੀਆਂ ਕੁਛ ਜ਼ਿੰਮੇਵਾਰੀਆਂ ਅਤੇ ਫਰਜ਼ ਬਣਦੇ ਨੇ, ਉਹਨਾਂ ਦੀ ਪਛਾਣ ਕਰੀਏ। ਪਰ ਜਿਹੜਾ ਸਿੱਖ ਹੈ ਉਹ ਸਧਾਰਨ ਮਨੁੱਖ ਨਹੀਂ, ਕਈ ਅਰਥਾਂ ਦੇ ਵਿੱਚ ਇਹ ਕੋਈ ਵਡਿਆਈ ਨਹੀਂ, ਕਿਸੇ ਦੂਜੇ ਨੂੰ ਨੀਵਾਂ ਦਿਖਾਉਣ ਵਾਲੀ ਗੱਲ ਨਹੀਂ। ਕਿਉਂਕਿ ਜਦੋਂ ਅਸੀਂ ਅੱਜ ਦੇ ਸੰਸਾਰ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਦੋ ਗੱਲਾਂ ਸਮਝਣ ਦੀ ਲੋੜ ਹੈ। ਜਿੰਨਾ ਚਿਰ ਅਸੀਂ ਅਜੋਕੇ ਸੰਸਾਰ ਨੂੰ ਨਹੀਂ ਸਮਝਾਂਗੇ ਉਨਾ ਚਿਰ ਅਸੀਂ ਨਾ ਉਹਨੂੰ ਤਬਦੀਲ ਕਰ ਸਕਦੇ ਹਾਂ, ਨਾ ਅਸੀਂ ਉਹਦੇ ਵਿੱਚ ਆਪਣਾ ਕੋਈ ਰੋਲ ਨਿਭਾ ਸਕਦੇ ਹਾਂ। ਪਹਿਲੀ ਸ਼ਰਤ ਇਹ ਹੈ ਕਿ ਸਾਨੂੰ ਉਹਦੀ ਸਮਝ ਹੋਵੇ ਪੂਰੀ ਸਹੀ ਕਿ ਸੰਸਾਰ ਕੀ ਹੈ। ਅਗਿਆਨਤਾ 'ਚ ਰਹਿ ਕੇ ਕੋਈ ਬੰਦਾ ਰੋਲ ਠੀਕ ਨਹੀਂ ਨਿਭਾ ਸਕਦਾ, ਉਹ ਕਿਸੇ ਦਾ ਪਿੱਛ ਲੱਗ ਬਣੂ ਜਾਂ ਕਿਸੇ ਦਾ ਸੰਦ ਬਣੂ ਨਾ ਚਾਹੁੰਦਾ ਹੋਇਆ। ਸੋ ਜਦੋਂ ਅਸੀਂ ਸੰਸਾਰ ਦੀ ਗੱਲ ਕਰਦੇ ਹਾਂ ਤਾਂ ਉਹਦੀਆਂ ਦੋ ਜਿਹੜੀਆਂ ਕਰੈਕਟਰਿਸਟਿਕਸ ਕਹਿ ਲਈਏ ਜਾਂ ਫੀਚਰ, ਉਹ ਜਿਹੜੇ ਬੁਨਿਆਦੀ ਹੈ, ਇੱਕ ਤਾਂ ਇਹ ਹੈ ਕਿ ਸੰਸਾਰ ਗਤੀਸ਼ੀਲ ਹੈ, ਸਥਿਰ ਨਹੀਂ, ਇਹ ਇੱਕ ਥਾਂ ਨਹੀਂ ਟਿਕਿਆ ਹੋਇਆ ਵੀ ਤਬਦੀਲ ਹੀ ਨਾ ਹੋਵੇ। ਜਦੋਂ ਦਾ ਪੈਦਾ ਹੋਇਆ ਅਤੇ ਹੁਣ ਤੱਕ ਅਤੇ ਅੱਗੇ ਵਾਸਤੇ ਵੀ ਇਹ ਲਗਾਤਾਰ ਤਬਦੀਲੀ ਦੇ ਅਮਲ ਦੇ ਵਿੱਚ ਹੈ। ਜੋ ਸਾਡੇ ਵੱਡੇ ਵਡੇਰਿਆਂ ਨੇ ਦੇਖਿਆ ਹੋਊ ਸੰਸਾਰ ਉਹ ਬਿਲਕੁਲ ਹੀ ਵੱਖਰਾ ਸੀ, ਜੋ ਅਸੀਂ ਬਚਪਨ 'ਚ ਦੇਖਿਆ ਉਹ ਵੱਖਰਾ ਸੀ, ਜੋ ਆਉਣ ਵਾਲੀਆਂ ਨਸਲਾਂ ਦੇਖਣਗੀਆਂ ਉਹ ਵੱਖਰਾ ਹੋ। ਸੋ ਇੱਕ ਤਾਂ ਇਹਦਾ ਇਹ ਬੁਨਿਆਦੀ ਲੱਛਣ ਇਹ ਹੈ ਕਿ ਲਗਾਤਾਰ ਤਬਦੀਲੀ 'ਚ ਹੈ। ਦੂਜੀ ਗੱਲ, ਜਿਹੜਾ ਸੰਸਾਰ ਹੈ ਇਹ ਕੋਈ ਮੋਨੋਲਿਥਿਕ, ਜਿਹਨੂੰ ਕਹਿੰਦੇ ਹਾਂ ਅਸੀਂ, ਕਿ ਕੋਈ ਸਿੰਗਲ ਪੀਸ ਐਂਟੀਟੀ ਨਹੀਂ ਜਿਹਦੇ 'ਚ ਕੋਈ ਭੰਨ ਜਾਂ ਤਰੇੜ ਨਾ ਹੋਵੇ। ਮੁੱਢ ਤੋਂ ਹੀ ਸੰਸਾਰ ਇਸ ਤਰ੍ਹਾਂ ਹੀ ਰਿਹਾ। ਬਹੁਤ ਸ਼ੁਰੂ ਦੇ ਵਿੱਚ ਅਲੱਗ ਅਲੱਗ ਕਬੀਲੇ ਹੁੰਦੇ ਸੀਗੇ, ਜੀਵਨ ਦੇ ਬੜੇ ਬੇਸ ਜਿਹੇ ਲੈਵਲ ਦੇ 'ਚ ਆਉਂਦੇ ਸੀ। ਹੌਲੀ ਹੌਲੀ ਧਰਮਾਂ ਦੇ ਸਰੂਪ ਉੱਭਰੇ, ਅੱਜ ਇੱਕ ਬਿਲਕੁਲ ਹੀ ਵੱਖਰੀ ਤਰ੍ਹਾਂ ਦੇ ਸਮਾਜਾਂ ਦੇ ਰੂਪ ਉੱਭਰੇ ਆਏ ਨੇ ਕਿ ਅਲੱਗ ਅਲੱਗ ਸੱਭਿਆਚਾਰਾਂ 'ਤੇ ਆਧਾਰਿਤ ਵੱਖੋ ਵੱਖਰੇ ਰਾਜ ਉੱਭਰੇ ਆਏ ਨੇ। ਸੋ ਰੂਪ ਬਦਲਦਾ ਸਮਾਜ ਸੰਸਾਰ ਦਾ, ਪਰ ਉਹ ਲਗਾਤਾਰ ਤਬਦੀਲ ਹੁੰਦਾ। ਸੋ ਇੱਕ ਤਾਂ ਅਸੀਂ ਇਸ ਤਬਦੀਲੀ ਨੂੰ ਸਮਝਣਾ ਹੈ, ਇਹ ਤਬਦੀਲੀ ਕੀ ਹੈ, ਇਹਦੀ ਦਿਸ਼ਾ ਕੀ ਹੈ। ਕਿਉਂਕਿ ਜਿੰਨਾ ਚਿਰ ਦਿਸ਼ਾ ਦਾ ਪਤਾ ਨਹੀਂ ਲੱਗੂ ਸਾਨੂੰ ਭਵਿੱਖ ਦਾ ਅਨੁਮਾਨ ਨਹੀਂ ਲੱਗਣਾ ਕਿ ਭਵਿੱਖ ਕੀ ਹੈ, ਸਮੁੱਚੀ ਮਾਨਵਤਾ ਦਾ ਭਵਿੱਖ ਕੀ ਹੈ, ਅਤੇ ਇਸ ਬਦਲਦੇ ਸੰਸਾਰ ਦੇ ਵਿੱਚ ਸਿੱਖ ਕੌਮ ਦਾ ਭਵਿੱਖ ਕੀ ਹੈ। ਸੋ ਇਹਨੂੰ ਅਸੀਂ ਇਸ ਤਰ੍ਹਾਂ ਦੇਖਣਾ।
ਸੋ ਜਦੋਂ ਅਸੀਂ ਦੇਖਦੇ ਹਾਂ, ਮੇਰਾ ਖਿਆਲ ਕਿ ਇਸ ਗੱਲ 'ਤੇ ਕਿਸੇ ਨੂੰ ਵੀ ਕੋਈ ਬਖਰੇਵਾਂ ਜਾਂ ਸਹਿਮਤੀ ਨਹੀਂ ਹੋਣੀ ਕਿ ਬਹੁਤ ਕੁਛ ਬਦਲ ਗਿਆ, ਉਹ ਬੜਾ ਸਪਸ਼ਟ ਹੈ, ਹਰ ਕੋਈ ਦੇਖ ਸਕਦਾ ਹੈ। ਅਸੀਂ ਦੇਖਦੇ ਹਾਂ ਕਿ ਆਵਾਜਾਈ ਦੇ ਸਾਧਨ ਊਠਾਂ ਤੋਂ ਲੈ ਕੇ ਜਹਾਜ਼ਾਂ ਤੱਕ ਪਹੁੰਚ ਗਏ, ਸੂਚਨਾ ਅਤੇ ਸੰਚਾਰ ਦੇ ਸਾਧਨਾਂ ਦਾ ਕੋਈ ਅੰਤ ਹੀ ਨਹੀਂ ਜੋ ਵਿਕਾਸ ਹੋਇਆ। ਇਸੇ ਤਰ੍ਹਾਂ ਤੁਸੀਂ ਵਿੱਦਿਆ, ਸਿਹਤ ਸੰਭਾਲ, ਮਨ ਪਰਚਾਵੇ ਦੇ ਸਾਧਨ ਕਿੱਥੋਂ ਕਿੱਥੇ ਪਹੁੰਚ ਗਏ, ਬਲ ਬਹੁਤ ਸਾਫ ਦਿਸ ਰਿਹਾ ਵੱਡੀ ਪੱਧਰ ਦੇ ਉੱਤੇ ਸੰਸਾਰ ਦੇ ਵਿੱਚ ਤਬਦੀਲੀਆਂ ਆਈਆਂ। ਪਰ ਇਹ ਤਬਦੀਲੀ ਦਾ ਖਾਸਾ ਕੀ ਹੈ ਅਤੇ ਇਹਦੀ ਡਾਇਰੈਕਸ਼ਨ ਕੀ ਹੈ, ਇਹ ਵੱਧ ਇੰਪੋਰਟੈਂਟ ਹੈ। ਤਬਦੀਲੀ ਨੂੰ ਮੰਨ ਲੈਣ ਲਾ ਲਓ, ਤਬਦੀਲੀ ਤਾਂ ਨੰਗੀ ਅੱਖ ਨਾਲ ਹਰ ਕੋਈ ਦੇਖ ਸਕਦਾ ਹੈ, ਬੜਾ ਸਥੂਲ ਜਿਹਾ ਫੈਕਟ ਹੈ। ਸੋ ਜਦੋਂ ਕਿਸੇ ਸਮਾਜ ਦੀ ਤਬਦੀਲੀ ਨੂੰ ਦੇਖਣਾ ਹੈ ਅਸੀਂ ਕਿ ਉਹ ਤਬਦੀਲੀ ਕੀ ਹੈ, ਉਹਦਾ ਖਾਸਾ ਕੀ ਹੈ, ਉਹਦੇ 'ਚ ਅਨੈਲਸਿਸ ਦਾ, ਵਿਸ਼ਲੇਸ਼ਣ ਦਾ ਇੱਕ ਬੁਨਿਆਦੀ ਰੂਲ ਹੈ ਕਿ ਜੋ ਬਦਲ ਗਿਆ ਅਤੇ ਬਦਲ ਰਿਹਾ ਸਿਰਫ ਉਹ ਨਾ ਦੇਖੋ, ਜੋ ਨਹੀਂ ਬਦਲਿਆ ਉਹ ਦੇਖੋ। ਕਿਹੜੀ ਗੱਲ ਹੈ ਜਿਹੜੀ ਹਜ਼ਾਰਾਂ ਸਾਲਾਂ 'ਚ ਅਜੇ ਵੀ ਨਹੀਂ ਬਦਲੀ, ਅਤੇ ਜੇ ਕੋਈ ਯਤਨ ਨਾ ਹੋਏ ਸੁਚੇਤ ਉਸ ਦਿਸ਼ਾ 'ਚ ਤਾਂ ਹੋ ਸਕਦਾ ਆਉਣ ਵਾਲੇ ਹਜ਼ਾਰ ਸਾਲ ਵੀ ਉਹ ਨਾ ਬਦਲੇ। ਸੋ ਇਸ ਕਰਕੇ ਅਸੀਂ ਇਹ ਤਾਂ ਦੇਖ ਰਹੇ ਹਾਂ ਕਿ ਸਮਾਜ 'ਚ ਬਹੁਤ ਸੁਧਾਰ ਆ ਗਿਆ, ਪਰ ਉਹ ਸੁਧਾਰ ਕੀ ਹੈ, ਉਹਦੀ ਦਿਸ਼ਾ ਕੀ ਹੈ, ਉਹ ਸਾਨੂੰ ਇਸ ਗੱਲ ਤੋਂ ਪਤਾ ਲੱਗੂ ਕਿ ਕੀ ਹੈ ਜਿਹੜਾ ਨਹੀਂ ਬਦਲਿਆ। ਜਦੋਂ ਦਾ ਮਨੁੱਖ ਪੈਦਾ ਹੋਇਆ, ਜਦੋਂ ਦੇ ਸਮਾਜ ਪੈਦਾ ਹੋਏ, ਉਹ ਕੁਛ ਗੱਲਾਂ ਹੈ ਜਿਹੜੀਆਂ ਸਥਾਈ ਹੈ, ਜਿਹੜੀਆਂ ਨਹੀਂ ਬਦਲੀਆਂ, ਅਤੇ ਜਿਨ੍ਹਾਂ ਨੂੰ ਬਦਲਣ ਵਾਸਤੇ ਧਰਮਾਂ ਨੇ ਵੀ ਜ਼ੋਰ ਲਾਇਆ, ਵਿਚਾਰਧਾਰਾਵਾਂ ਨੇ ਵੀ ਜ਼ੋਰ ਲਾਇਆ। ਸੰਸਾਰ 'ਚ ਬੜੇ ਯਤਨ ਹੋ ਰਹੇ ਨੇ, ਬੜੇ ਵਿਦਵਾਨ, ਬੜੇ ਪੈਗੰਬਰ, ਬੜੇ ਦੁਨੀਆਂ ਦੇ ਵਿੱਚ ਹਸਤੀਆਂ ਵੱਡੀਆਂ ਜਿਹੜੇ ਮਨੁੱਖੀ ਸਰੋਕਾਰਾਂ ਨੂੰ ਮੁਖਾਤਬ ਹੋਏ ਕਿ ਇਹ ਚੀਜ਼ਾਂ ਬਦਲ ਦਿੱਤੀਆਂ ਜਾਣ। ਸੋ ਆਪਾਂ ਮੋਟੇ ਜਿਹੇ ਰੂਪ 'ਚ ਗੱਲ ਕਰੀਏ ਵੀ ਕਿਹੜੀ ਚੀਜ਼ ਹੈ ਜਿਹੜੀ ਨਹੀਂ ਬਦਲੀ, ਹਜ਼ਾਰ ਸਾਲ ਪਹਿਲਾਂ ਵੀ ਸੀ ਅਤੇ ਅੱਜ ਵੀ ਉਹ ਉਵੇਂ ਹੀ ਹੈ। ਉਹ ਚਾਰ ਪੰਜ ਮੋਟੀਆਂ ਜਿਹੀਆਂ ਗੱਲਾਂ ਹੈ। ਪਹਿਲੀ ਗੱਲ, ਬੰਦੇ ਦੀ ਅੰਦਰਲੀ ਭੁੱਖ, ਖਾਣ ਪੀਣ ਤੋਂ ਲੈ ਕੇ ਪਹਿਨਣ ਪੱਚਰਨ ਤੋਂ ਲੈ ਕੇ ਵਸਤਾਂ ਨੂੰ ਭੋਗਣ ਤੱਕ, ਉਹ ਭੁੱਖ ਨਹੀਂ, ਨਾ ਮਿਟੀ ਹੈ ਨਾ ਬਦਲੀ। ਚੀਜ਼ਾਂ ਬਹੁਤ ਪੈਦਾ ਹੋ ਗਈਆਂ, ਊਠਾਂ ਤੋਂ ਬੰਦੇ ਤੁਰ ਕੇ ਕਾਰਾਂ ਤੱਕ, ਜਹਾਜ਼ਾਂ ਤੱਕ ਪਹੁੰਚ ਗਏ, ਹੋਰ ਵੀ ਬਹੁਤ ਕੁਛ ਆ ਗਿਆ ਸਾਹਮਣੇ। ਭੋਗਣ ਵਾਲੀਆਂ ਚੀਜ਼ਾਂ ਬਹੁਤ ਆ ਗਈਆਂ, ਪਰ ਮਨ ਦੀ ਭਟਕਣ ਅਤੇ ਭੁੱਖ ਖਤਮ ਨਹੀਂ ਹੋਈ। ਇਹ ਹੈ ਜਿਹੜੀਆਂ ਕੁਛ ਗੱਲਾਂ ਕਿ ਜਿਹੜੀਆਂ ਨਹੀਂ ਬਦਲੀਆਂ, ਜਿਹੜੀਆਂ ਚਿੰਤਾ ਸਾਨੂੰ ਉੱਥੇ ਹੋਣੀ ਚਾਹੀਦੀ ਹੈ ਕਿ ਇਹ ਤਾਂ ਠੀਕ ਹੈ, ਆਹ ਤਾਂ ਕੁਛ ਤਬਦੀਲੀਆਂ ਆ ਗਈਆਂ, ਪਰ ਕਿਹੜੀਆਂ ਨਹੀਂ ਆਈਆਂ ਜਿਹੜੀਆਂ ਸਾਨੂੰ ਮਨੁੱਖ ਹੋਣ ਦਾ ਦਰਜਾ, ਜਿੱਥੇ ਅਸੀਂ ਮਾਣ ਨਾਲ ਕਹਿ ਸਕਾਂਗੇ ਕਿ ਹਾਂ ਅਸੀਂ ਮਨੁੱਖੀ ਜੀਵ ਹਾਂ, ਸਾਡਾ ਪਸ਼ੂਆਂ ਨਾਲੋਂ ਫਰਕ ਨਹੀਂ। ਕਿਉਂਕਿ ਜਿਹੜੀ ਭੁੱਖ ਹੈ ਇਹ ਤਾਂ ਕੋਈ ਮਨੁੱਖੀ ਚਰਿੱਤਰ ਨਹੀਂ, ਇਹ ਤਾਂ ਪਸ਼ੂ ਦੇ ਵਿੱਚ ਵੀ ਹੈ। ਜੋ ਵੀ ਚੀਜ਼ ਜੀਵ ਧਰਤੀ 'ਤੇ ਸਿਰਜਿਆ ਗਿਆ, ਖੁਰਾਕ ਉਹਦੀ ਪਹਿਲੀ ਲੋੜ ਹੈ, ਉਹਨੇ ਖਾਣਾ ਹੈ, ਉਹਨੇ ਸਰਵਾਈਵ ਕਰਨ ਵਾਸਤੇ, ਆਪਦੇ ਜੀਵਨ ਨੂੰ ਬਚਾਉਣ ਵਾਸਤੇ ਉਹਨੇ ਉਪਰਾਲੇ ਕਰਨੇ ਕਿਤੋਂ ਵੀ ਕੁਛ ਹੋ ਸਕੇ। ਸੋ ਇੰਨੀ ਗੱਲ ਨਾਲ ਅਸੀਂ ਮਨੁੱਖ ਹੋਣ ਦਾ ਦਰਜਾ ਹਾਸਲ ਨਹੀਂ ਕਰ ਸਕਦੇ। ਸੋ ਇੱਕ ਤਾਂ ਜਿਹੜੀ ਇਹ ਗੱਲ ਮੈਂ ਸੀ ਵੀ ਜਿਹੜੀ ਬੰਦੇ ਦੀ ਭੁੱਖ ਨਹੀਂ ਮਰੀ, ਦੂਜੀ ਗੱਲ ਕਿ ਦੂਜੇ ਦੇ ਤੋਂ ਖੋਣ ਦੀ ਜਿਹੜੀ ਬਿਰਤੀ ਹੈ ਆਈਆਂ, ਇਹ ਪਸ਼ੂ ਜਗਤ 'ਚੋਂ ਹੀ ਹੈ ਕਿ ਆਪ ਦਾ ਨਹੀਂ ਇਕੱਲਾ, ਨਾਲ ਦੂਜੇ ਦਾ ਵੀ ਖੋਣ ਨੂੰ ਜੀ ਕਰਦਾ ਹੈ ਕਿਸੇ ਵੀ ਪੱਧਰ ਦੇ ਉੱਤੇ। ਇਹ ਬਿਰਤੀ ਵੀ ਬੰਦੇ ਦੇ ਵਿੱਚ ਨਹੀਂ ਖਤਮ ਹੋਈ, ਚੀਜ਼ਾਂ ਬਹੁਤ ਪੈਦਾ ਹੋ ਗਈਆਂ ਜਿਨ੍ਹਾਂ ਦਾ ਅੰਤ ਹੀ ਕੋਈ ਨਹੀਂ। ਸਭ ਕੁਛ ਹੋ ਕੇ ਫੇਰ ਹੁੰਦਾ ਵੀ ਆਹ ਵੀ ਹੜੱਪ ਲਾਂ, ਆਹ ਵੀ ਹੜੱਪ ਲਾਂ। ਇਹ ਵਿਅਕਤੀ ਤੋਂ ਲੈ ਕੇ ਰਾਜਾਂ ਤੱਕ, ਜਿਹਦੇ ਨਾਲ ਸਾਰੀ ਦੁਨੀਆਂ ਦੇ ਵਿੱਚ ਪੁਆੜੇ ਪੈ ਰਹੇ, ਚੈਨ ਕਿਉਂ ਨਹੀਂ ਕਿਤੇ, ਕਿਉਂਕਿ ਬੰਦੇ ਦੇ ਵਿੱਚ ਦੂਜੇ ਤੋਂ ਖੋਣ ਦੀ ਬਿਰਤੀ ਨਹੀਂ ਜਾ ਰਹੀ। ਇਹ ਤਾਂ ਆਪਾਂ ਤਾਂ ਬੜੇ ਛੋਟੇ ਲੈਵਲ 'ਤੇ ਪਿੰਡਾਂ 'ਚ ਦੇਖਦੇ ਰਹੇ ਹਾਂ ਨਾ ਕਿ ਦੂਜੇ ਦੀ ਹਲ ਆਪਣਾ ਜ਼ਮੀਨ ਵਾਹੁਣ ਲੱਗਿਆਂ ਥੋੜ੍ਹੀ ਜਿਹੀ ਵੱਟ ਹੋਰ ਉੱਤ ਨੂੰ ਖੁਰਚ ਦਿਓ, ਹੈ ਤਾਂ ਉਹ ਲਾਲਚੀ ਲੋਭੀ ਹੈ। ਸੋ ਇਹ ਜਿਹੜੀ ਚੀਜ਼ ਹੈ ਇਹ ਬੰਦੇ ਦੇ ਵਿੱਚੋਂ ਨਹੀਂ ਗਈ, ਹੈ ਇਹ ਲੋਭ ਦਾ ਹੀ ਪ੍ਰਗਟਾਵਾ। ਤੀਜੀ ਗੱਲ, ਜਿਹੜੀ ਹੈਂਕੜ ਅਤੇ ਧੌਂਸ ਜਮਾਉਣ ਦੀ ਬਿਰਤੀ ਕਿ ਜਿਹੜਾ ਜ਼ੋਰਾਵਰ ਹੈ ਉਹਦਾ ਕਮਜ਼ੋਰ ਨੂੰ ਡਰਾਉਣ 'ਤੇ ਥੱਲੇ ਲਾਉਣ 'ਤੇ ਉਹਦੇ ਆਪਦਾ ਰੋਹ ਪਾਉਣ ਦਾ, ਇਹ ਰੁਚੀ ਇਹ ਵੀ ਜਾਨਵਰਾਂ 'ਚੋਂ ਹੀ ਆਈ ਹੈ, ਪਸ਼ੂ ਜਗਤ ਦੇ ਵਿੱਚੋਂ ਹੀ ਆਈ ਹੈ। ਸੋ ਹਮੇਸ਼ਾ ਹੀ ਜਿਹੜੇ ਜ਼ੋਰਾਵਰ ਹੈ ਉਹਨਾਂ ਦਾ ਇਹ ਯਤਨ ਹੁੰਦਾ ਕਿ ਦੂਜੇ ਨਿਤਾਣੇ ਹੀ ਰਹਿਣ,
ਉਹਦੀ ਪੁਜੀਸ਼ਨ ਤਾਂ ਹੀ ਸੁਰੱਖਿਅਤ ਹੋਊ, ਜੇ ਸਾਰੀ ਜ਼ੋਰਾਵਰ ਬਣ ਗਏ ਫਿਰ ਤਾਂ ਉਹਦੀ ਕੋਈ ਖਾਸੀਅਤ ਰਹੀ ਨਾ। ਸੋ ਬੜੇ ਸੋਚ ਸਮਝ ਕੇ ਪਲੈਨਡ ਤਰੀਕਿਆਂ ਨਾਲ ਜਿੱਥੋਂ ਆਪਾਂ ਸੰਸਾਰ ਨੂੰ ਸਮਝਣਾ ਹੈ ਕਿ ਜਿਹੜੇ ਜ਼ੋਰਾਵਰ ਉਹਨਾਂ ਨੇ ਦੂਜਿਆਂ ਨੂੰ ਨਿਤਾਣੇ ਅਤੇ ਨਿਮਾਣੇ ਰੱਖਣ ਲਈ ਪੂਰੇ ਜਾਲ ਵਿਛਾਏ ਹੋਏ ਹੈ, ਜਿੱਥੋਂ ਸਮਾਜ ਨੂੰ ਸਮਝਣਾ ਚਾਹੀਦਾ ਹੈ। ਸੋ ਇੱਕ ਇਹ ਰੁਚੀ ਨਹੀਂ ਗਈ। ਤੀਜੀ ਹੰਕਾਰ ਅਤੇ ਹਉਮ ਹੈ, ਉਹ ਕਾਸੇ ਦਾ ਵੀ ਹੋ ਸਕਦਾ, ਇਹ ਮੁੱਢ ਤੋਂ ਹੈ। ਮਿਥਿਹਾਸ 'ਚ ਦੇਖ ਲਈਏ, ਮਹਾਂਭਾਰਤ ਤੋਂ ਲੈ ਕੇ ਰਮਾਇਣ ਤੋਂ ਲੈ ਕੇ ਅੱਜ ਦੀ ਦੁਨੀਆ ਨੂੰ ਤੁਸੀਂ ਅੱਖਾਂ ਖੋਲ੍ਹ ਕੇ ਦੇਖੋ, ਯਤਨ ਕੀ ਹੋ ਰਹੇ ਨੇ। ਹੰਕਾਰ ਅਤੇ ਹਉਮ ਹੈ, ਦੌਲਤ ਦਾ ਵੀ, ਸ਼ੌਹਰਤ ਦਾ ਵੀ, ਰੁਤਬੇ ਦਾ ਵੀ ਅਤੇ ਤਾਕਤ ਦਾ। ਸੋ ਇਹਦੇ ਵਿੱਚੋਂ ਬੰਦੇ ਤਕੜਾ ਹੋਣ ਦੀ, ਰਾਜ ਵੀ ਤਕੜਾ ਹੋਣ ਦੀ, ਮੈਂ ਦੂਜਿਆਂ ਨੂੰ ਗੁਆਂਢੀਆਂ ਨੂੰ ਡਰਾ ਕੇ ਰੱਖਾਂ ਇਸ ਰੀਜਨ ਦੇ ਵਿੱਚ, ਫਿਰ ਸੰਸਾਰ ਪੱਧਰ 'ਤੇ ਕਿ ਕੋਈ ਇੱਕ ਤਾਕਤ ਦੇ ਮਨ 'ਚ ਇਹੋ ਜਿਹੀ ਉੱਠਦੀ ਆ ਕਿ ਬਾਕੀ ਸਾਰੀ ਦੁਨੀਆ ਮੇਰੇ ਮੈਥੋਂ ਡਰ ਕੇ ਰਹੇ। ਸੋ ਜਦੋਂ ਇਹ ਵਿਅਕਤੀਆਂ ਤੋਂ ਉੱਠ ਕੇ ਔਰਗੇਨਾਈਜ਼ਡ ਹੋ ਜਾਂਦੀ ਹੈ, ਇੱਕ ਸਮਾਜਿਕ ਰੂਪ ਅਖਤਿਆਰ ਕਰ ਜਾਂਦੀ ਹੈ ਅਤੇ ਇੱਕ ਰਾਜ ਇਸ ਤਰ੍ਹਾਂ ਵਿਚਰਨਾ ਸ਼ੁਰੂ ਹੋ ਜਾਂਦਾ, ਤਾਂ ਮਾਨਵਤਾ ਦੇ ਉੱਤੇ ਬਹੁਤ ਵੱਡੇ ਸੰਕਟ ਅਤੇ ਵਿਪਤਾਵਾਂ ਆਉਂਦੀਆਂ। ਸੋ ਇਹ ਗੱਲ ਬੰਦੇ ਦੇ ਵਿੱਚੋਂ ਨਹੀਂ ਗਈ। ਤੀਜੀ ਗੱਲ ਜਿਹੜੀ ਉਦੋਂ ਅਗਲੀ ਗੱਲ ਹੈਗੀ, ਉਹ ਇਹ ਹੈ ਕਿ ਜਿਹੜੀ ਹਿੰਸਾ ਦੀ ਰੁਚੀ ਹੈ, ਬਹੁਤ ਕਿਤਾਬਾਂ 'ਚ ਤਾਂ ਤੁਸੀਂ ਪੜ੍ਹੋਗੇ, ਧਰਮ ਵੀ ਸਾਰੇ ਇਹੀ ਕਹਿਣਗੇ ਕਿ ਹਿੰਸਾ ਮਾੜੀ ਚੀਜ਼ ਹੈ, ਪਰ ਜ਼ਿੰਦਗੀ 'ਚ ਪੈਰ ਪੈਰ 'ਤੇ ਹਿੰਸਾ ਪਈ ਹੈ, ਕਿਉਂਕਿ ਅੰਦਰ ਪਈ ਹੈ, ਰੂਹ 'ਚ ਪਈ ਹੈ। ਰੂਲ ਬਣਾਉਣ ਨਾਲ ਕੋਈ ਚੀਜ਼ਾਂ ਖਤਮ ਨਹੀਂ ਹੋ ਜਾਂਦੀਆਂ। ਕਰਪਸ਼ਨ ਦੇ ਖਿਲਾਫ ਰੂਲ ਬਣਾ ਦਿਓ, ਸਜ਼ਾਵਾਂ ਵੀ ਤੈਅ ਕਰ ਦਿਓ, ਪਰ ਜਦੋਂ ਅੰਦਰ ਭੁੱਖ ਪਈ ਹੈ ਕਰਪਸ਼ਨ ਕਰਨ ਦੀ, ਇਸ ਤਰ੍ਹਾਂ ਹੀ ਕਾਮ ਵਾਸ਼ਨਾ ਦਾ, ਰੇਪ ਆ, ਤੁਸੀਂ ਰੇਪ ਬਾਰੇ ਜੋ ਮਰਜ਼ੀ ਕਾਨੂੰਨ ਬਣਾ ਲਓ, ਜਿੰਨਾ ਚਿਰ ਉਹ ਅੰਦਰੋਂ ਬਿਰਤੀ ਖਤਮ ਨਹੀਂ ਹੁੰਦੀ, ਕ੍ਰਾਈਮ ਕਰਨ ਦੀ ਤੁਸੀਂ ਕ੍ਰਾਈਮ ਦਾ ਇੰਤਜ਼ਾਮ ਨਹੀਂ ਕਰ ਸਕਦੇ। ਸੋ ਜਿਹੜੀ ਇੱਕ ਸੰਤੁਲਿਤ ਪਿਕਚਰ ਆਪਾਂ ਅੱਜ ਦੇ ਸੰਸਾਰ ਦੀ ਬਣਾਉਣੀ ਹੈ, ਮੇਰਾ ਕਹਿਣ ਤੋਂ ਇਹ ਭਾਵ ਹੈ ਕਿ ਉਹਦੇ ਦੋਵੇਂ ਪੱਖ ਦੇਖੀਏ। ਜੇ ਅਸੀਂ ਇੱਕੋ ਪੱਖ ਦੇਖਾਂਗੇ, ਸਾਨੂੰ ਇਹੀ ਲੱਗੂ ਕਿ ਕਈ ਬਹੁਤ ਵਿਕਾਸ ਹੋ ਰਿਹਾ, ਬਹੁਤ ਸੰਸਾਰ ਸੁਧਰ ਗਿਆ ਅਤੇ ਬਹੁਤ ਅੱਗੇ ਵੱਧ ਗਿਆ, ਕਿਉਂਕਿ ਤੁਸੀਂ ਦੂਜਾ ਪੱਖ ਛੱਡਤਾ ਹੈ। ਹਮੇਸ਼ਾ ਹੀ ਅਨੈਲਿਸਿਸ ਦੇ ਵਿੱਚ ਇਹ ਹੋਊਗਾ, ਸਾਰੇ ਪੱਖ ਦੇਖੋ, ਫਿਰ ਉਹਦੀ ਇੱਕ ਹਕੀਕੀ ਪਿਕਚਰ ਉੱਭਰਦੀ ਹੈ ਕਿ ਅੱਜ ਦਾ ਸੰਸਾਰ ਕੀ ਹੈ, ਤਾਂ ਕਿ ਤੁਹਾਡੀ ਜਿਹੜੀ ਸਮਝ ਹੈ ਉਹ ਕਿਤੇ ਸਹੀ ਨਿਸ਼ਾਨੇ ਤੋਂ ਉਹ ਖੁੰਝ ਨਾ ਜਾਵੇ। ਸੋ ਇਹ ਤਾਂ ਹੈ ਜਿਹਨੂੰ ਅਸੀਂ ਅੱਜ ਤਬਦੀਲੀ ਦੀ ਗੱਲ ਦੇਖਦੇ ਹਾਂ, ਇਹਦੇ 'ਚੋਂ ਫਿਰ ਇਹਦੀ ਦਿਸ਼ਾ ਬੁੱਝੀ ਜਾ ਸਕਦੀ ਹੈ। ਆਉਣ ਵਾਲਾ ਭਵਿੱਖ ਕਿਹੋ ਜਿਹਾ ਹੋਊ ਸੰਸਾਰ ਦਾ, ਕੀ ਉਹਦੇ ਵਿੱਚੋਂ ਆ ਜਿਹੜੀਆਂ ਗੱਲਾਂ ਮੈਂ ਕਹੀਆਂ, ਬੰਦੇ ਦੀ ਭੁੱਖ ਖਤਮ ਹੋਜੂ, ਦੂਜੇ 'ਤੇ ਗਲਬਾ ਪਾਉਣ ਦੀ, ਦੂਜੇ ਨੂੰ ਡਰਾਉਣ ਦੀ, ਦੂਜੇ 'ਤੇ ਧੌਂਸ ਜਮਾਉਣ ਦੀ, ਜਾਂ ਹਉਮੈ, ਜਾਂ ਹੰਕਾਰ, ਜਾਂ ਖੋਣ ਦੀ, ਮਤਲਬ ਪਦਾਰਥਕ ਵਿਕਾਸ ਜਿੰਨਾ ਮਰਜ਼ੀ ਹੋ ਜਾਏ। ਸੋ ਇਹ ਜਿਹੜਾ ਸਾਨੂੰ ਵਿਕਾਸ ਹੋਇਆ ਨਜ਼ਰ ਆ ਰਿਹਾ, ਇਹ ਹੈਗਾ ਪਦਾਰਥਕ, ਇਹ ਬੰਦੇ ਦੀ ਦੇਹ ਦੇ ਆਰਾਮਾਂ ਵਾਸਤੇ ਹੈ, ਜਾਂ ਉਹਦੇ ਕੁਛ ਮਨ ਦੇ ਸਵਾਦਾਂ ਵਾਸਤੇ। ਮਨ ਦੇ ਸਵਾਦ ਪੂਰੇ ਹੋ ਰਹੇ ਨੇ, ਜੋ ਫਿਲਮਾਂ ਬਣ ਰਹੀਆਂ ਮਨ ਪਰਚਾਵੇ ਦੇ ਨਾਂ ਹੇਠ, ਪੰਜਾਬੀ 'ਚ ਤਾਂ ਹੁਣ ਅਸੀਂ ਗੀਤ ਹੀ ਦੇਖ ਰਹੇ ਹਾਂ ਨਾ, ਵੀ ਉਹ ਕਿਹੋ ਜਿਹੇ ਸਵਾਦ ਪੂਰੇ ਕਰ ਰਿਹਾ। ਅਤੇ ਉਹ ਇਕੱਲੀ ਮਨ ਪਰਚਾਵੇ ਦੀ ਗੱਲ ਨਹੀਂ, ਉਹ ਕਿਹੋ ਜਿਹੇ ਬੰਦੇ ਸਿਰਜ ਰਿਹਾ, ਕਿਹੋ ਜਿਹੇ ਮਨ ਸਿਰਜ ਰਿਹਾ, ਅਤੇ ਉਹ ਕਿਹੋ ਜਿਹਾ ਸਮਾਜ ਬਣੂਗਾ। ਸੋ ਇਹ ਜਿਹੜਾ ਸਾਰਾ ਵਿਕਾਸ ਹੋਇਆ, ਉਹਨੂੰ ਆਪਾਂ ਸੰਖੇਪ 'ਚ ਇਹ ਕਹਿ ਸਕਦੇ ਹਾਂ ਕਿ ਇੱਕ ਤਾਂ ਉਹ ਦੇਹ ਨੂੰ ਐਡਰੈਸਡ ਹੈ, ਦੇਹ ਦੇ ਸੁੱਖ ਆਰਾਮਾਂ ਵਾਸਤੇ, ਅਤੇ ਦੂਜਾ ਮਨ ਦੇ ਕੁਛ ਸਵਾਦਾਂ ਵਾਸਤੇ। ਇਹ ਜ਼ਿਆਦਾਤਰ ਇਹ ਸਾਰਾ ਸਥੂਲ ਹੈ। ਜਿਹੜਾ ਧਰਮ ਹੈ, ਕੋਈ ਵੀ ਧਰਮ ਹੈ, ਉਹਦੇ ਵਾਸਤੇ ਜਿਹੜਾ ਉਹਦਾ ਸਰੋਕਾਰ ਹੁੰਦਾ ਹੈ, ਉਹ ਸਥੂਲ ਨਹੀਂ, ਉਹ ਸੂਖਮ ਹੁੰਦਾ, ਉਹਦਾ ਵਾਹ ਆਤਮਾ ਨਾਲ ਹੁੰਦਾ। ਅਤੇ ਮਨੁੱਖ ਦੀ ਆਤਮਾ ਨੂੰ ਕਿਵੇਂ ਬਦਲਿਆ ਜਾਵੇ, ਜਦੋਂ ਆਤਮਾ ਬਦਲ ਗਈ, ਬੰਦੇ ਦੇ ਵਿੱਚੋਂ ਸਾਰੀਆਂ ਬੁਰਾਈਆਂ ਅੰਦਰੋਂ ਜੜ੍ਹ ਖਤਮ ਹੋ ਗਈ, ਫਿਰ ਸਮਾਜ ਦਾ ਅਤੇ ਵਿਅਕਤੀ ਦਾ ਰੂਪ ਹੋਰ ਹੋਊਗਾ। ਸੋ ਇਹ ਇੱਕ ਫਰਕ ਜਿਹੜਾ ਸਾਨੂੰ ਦੇਖਣਾ ਚਾਹੀਦਾ ਕਿ ਕਿਹੜੀ ਚੀਜ਼ ਮਿਸਿੰਗ ਹੈ। ਨਹੀਂ, ਅਸੀਂ ਕਈ ਵਾਰ ਉਹ ਸਵੇਚ ਆ ਜਾਂਦੇ ਹਾਂ ਕਿ ਬਹੁਤ ਜੀ ਸੁਰਗ ਬਣ ਜੂਗੇ, ਤਾਂ ਇਹ ਪਦਾਰਥਕ ਖੁਸ਼ਹਾਲੀਆਂ ਨਾਲ ਸੁਰਗ ਨਹੀਂ ਬਣਨਾ। ਧਰਮ ਐਡਰੈਸ ਹੋਏ ਬੰਦੇ ਦੀ ਜੋ ਮਨ ਅਤੇ ਆਤਮਾ ਦੀਆਂ ਲੋੜਾਂ, ਉਹਦੀ ਕੁਐਸਟ ਹੈ, ਕਿ ਮਨ ਦੀ ਇੱਕ ਭਟਕਣ ਹੈ,
एक तजुर्ब एक पदार्थ मेरे को होन पदार्थ भी हो जाते घर भी चंगा आ गया कारा भी चंगिया रुतबा भी आ गया पर जे रूह नू चैन नहीं वो जड़ी रूह की चैन है सुख है आराम है वो की है तो वह किमें हो धर्म की जरा सरोकार है वह इस मसले नाल सो धर्मां ने हर एक ने आपदी आपदी लैवल दे उत्ते इस पक्ष नू एड्रैस होए न कि बंदे की आत्मा नू किमें अरोग किया जाए सो ये अजोके संसार की जो असि तब्दीली की गल करते हैं वह आ जाता है। दूजा जिहड़ा मैं पक्ष दस्या सी कि एक तो पक्ष ये है भी कि तब्दील हो रहा है दूजा यह मोनोलिथिक नहीं सिंगल पीस नहीं ये वख वख सभ्याचारां का समूह है ते उन्हां विच्चों एक सिख दुनिया के होर बहुत सारे धर्मां सभ्याचारां चों एक धर्म है सिख। हुण जिहड़े वख वख धर्म है वख वख सभ्याचार है क्यों है उन्हां दी कोई आपदी विशेषता ते विलक्खणता है। कई बार यह चीज़ां लग जाने जिवें यह कोई बरियाई है सारे एक हो जाण यह विचार दिनों दिन बहुत भारू हो रहा है कि जिवें सारे मसलियां दा हल यह हो जू कि धर्म ही एक हो जाए दुनिया का सभ्याचार ही एक हो जाए मसले हल हो जाएंगे। इस तरह ना हो सकता है ना होना चाहिए क्यों नहीं होना चाहिए मतलब कि सानू डायवर्सिटी नाल बन सबंता नाल ही समस्या है। ये बन सबंता कली सभ्याचारक नहीं ये जैविक भी है बायोलॉजिकल भी है साढ़े जो कोई चाहूगा भी एक ही फुल हो सारे संसार च वो की खूबसूरती की रह जू किसी गुलदस्ते की किसी बाग की जे एक ही फुल होया। सो जरा एक होने की गल है प्रोफेसर पूर्ण सिंह की एक कविता है मतलब वो चो कहता भी तू एक होने का चा ना ला ये ना बहुत तबाही हो ये जरा एक होने का ना ये नहीं बहुते होंदे होए भी बंदियां नू किवें रहना है वो मैकेनिजम डिवेलप करन दी लोड़ है। एक चंगा माली तो यही हो कि वख वख फुल भी होन उन्हां दी एक तरतीब भी होवे ते उन्हां दे विच्चों एक सुंदरता पैदा होवे अलग अलग खुशबू होवे जे एक ही खुशबू होवे जिंदगी का कोई स्वाद नहीं रह जाता। सो इस करके यह बन सुबंता तो डरन की लोड़ नहीं सो लोड़ यह है हर दी एक हर एक हर चीज़ की कुदरत दे विच जो कुछ भी है हर एक चीज़ की कोई आपकी विशेषता ते विलक्खणता है हर चीज़ अमुल है किसी नूं तुच्छ ना समझो इतना हरियारकी पैदा होंदी है कि आह चीज़ उत्तम है ते आह नीच है वह सभ्याचारां च भी आ जाती वह व्यक्तियों च भी आ जाती है हर एक की आपकी विशेषता तुसीं उहदी विशेषता की कदर करो तो वो नाल रहण दा एक सलीका सीखो। हुण यह जिहड़ी गल है कि जिन्ने भी धर्म है जिन्नियां विचारधाराएं जिन्ने विद्वान है वह इस मसले नूं मुखातब होए है कि किवें असीं बंदियां वांगू रह सकीए। हर एक ने आपदा आपदा मॉडल दिता कि मनुख किहो जिहा होवे समाज किहो जिहा होवे हर धर्म ने हर विचारधारा ने हर फलसफे ने एक मॉडल दिता बंदियां नूं भी आ होवे। इसे लड़ी च गुरु साहिबान ने भी समाज का एक मॉडल दिता कि समाज ते बंदा इस तरह का होवे। हुण इहदे च बुनियादी फर्क यह है कि गुरु साहब ने जो मॉडल दिता वह किसी बुद्धि दे फुरने चों नहीं जिहड़ी साडे वास्ते समझण वाली लोड़ बाकी सारे विद्वान आपदी थां ते समर्थ हैगे पर उन्हां दा जिहड़ा सारा कार्ज है वह इत्थों बुद्धि चों निकलदा है अनुमान लाउंदे है कल्पना की उडारी किसी की छोटी है किसी की वड्डी है पर है बुद्धि दीआं ही खेडां बुद्धि ते ही फुरने। गुरु साहिबान ने जो मॉडल दिता वह किसी बौद्धिक फुरने चों नहीं गुरु साहिबान ने कुदरत नूं उस दे मौलिक रूप विच देखिया जिवें है रब्बी चानण विच देखिया किसी बौद्धिक योग्यता नाल नहीं उस चानण दे विच उन्हां नूं जो कुदरत नजर आई तो उन्हां दे मन उन्हां ने मतलब जो संकल्प दिता जो मॉडल दिता वह यह है कि बंदे नूं कुदरत दे अनुसारी जीना चाहीदा है उहदा पार्ट है बंदा कुदरत दा स्वामी नहीं स्वामी कोई भी किसी का नहीं जदों स्वामी बन दी मालक बन दी गल आ गई फिर तो सारा संतुलन ते एक सुरता भंग होगी जो हारमोनी है एड्डी वड्डी कुदरत दे विच एक छोटे पार्टीकल तो लैके न्यूट
ਵੱਡੇ ਗ੍ਰਹਿਆਂ ਤੱਕ, ਗਲੈਕਸੀਜ਼ ਤੱਕ, ਜਿਹਦਾ ਅੰਤੀ ਕੋਈ ਨਹੀਂ, ਉਹ ਸਾਰਾ ਕੁਛ ਦੇ ਵਿੱਚ ਇੰਨੀ ਵਿਲੱਖਣਤਾ, ਇੰਨੀ ਡਾਇਵਰਸਿਟੀ ਹੈ, ਪਰ ਕਿਤੇ ਵੀ ਅਨਾਰਕੀ ਨਹੀਂ। ਉਹਦੇ ਵਿੱਚ ਇੱਕ ਸੁਰਤਾ, ਹਾਰਮਨੀ 'ਚ ਸਾਰੇ ਇੱਕ ਦੂਜੇ ਨਾਲ ਰਹਿ ਰਹੇ। ਅਨਾਰਕੀ ਨਹੀਂ ਅਤੇ ਕੋਈ ਹਰਿਆਰਕੀ ਵੀ ਨਹੀਂ ਵੀ ਆਹ ਵੱਡਾ ਅਤੇ ਆਹ ਛੋਟਾ, ਛੋਟੇ ਆਕਾਰਾਂ ਨਾਲ ਕੋਈ ਫਰਕ ਨਹੀਂ ਪੈਂਦਾ, ਗਿਣਤੀਆਂ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਸਾਰੇ ਅਮੁੱਲ ਹੈ, ਹਰ ਇੱਕ ਦੀ ਆਪਦੀ ਜਗ੍ਹਾ ਹੈ। ਸੋ ਗੁਰੂ ਸਾਹਿਬ ਨੇ ਮਤਲਬ ਜੋ ਫਿਰ ਮਾਡਲ ਦਿੱਤਾ ਉਹ ਇਹ ਦਿੱਤਾ ਕਿ ਕੁਦਰਤ ਅਨੁਸਾਰ, ਕੁਦਰਤ ਨਾਲ ਇੱਕ ਸੁਰ ਹੋ ਕੇ, ਕੁਦਰਤ ਨਾਲ ਆਡਾ ਨਾ ਲਾਓ, ਕੁਦਰਤ ਹਾਵੀ ਹੋਣ ਦੀ ਕੋਸ਼ਿਸ਼ ਨਾ ਕਰੋ, ਕੁਦਰਤ ਨੂੰ ਸਮਝੋ ਅਤੇ ਆਪਦੇ ਆਪ ਨੂੰ ਉਹਦਾ ਇੱਕ ਸਜੀਵ ਅਤੇ ਸਹਿਯੋਗ ਅੰਗ ਬਣਾਓ। ਸੋ ਕੁਦਰਤ ਤਾਂ ਇਸ ਤਰ੍ਹਾਂ ਚੱਲ ਰਹੀ ਹੈ, ਬੰਦਾ ਹੋਰ ਤਰ੍ਹਾਂ ਚੱਲਦਾ ਹੈ। ਜਦੋਂ ਕੁਦਰਤ ਅਤੇ ਬੰਦੇ ਦੇ ਵਿੱਚ ਟਕਰਾਅ ਆਉਂਦਾ ਮਨੁੱਖ ਦੇ ਵਿੱਚ, ਅਤੇ ਬੰਦਾ ਕੁਦਰਤ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦਾ, ਫਿਰ ਉਹਦੇ 'ਚੋਂ ਬੜੇ ਅਸੰਤੁਲਨ ਅਤੇ ਵਿਗਾੜ ਪੈਦਾ ਹੁੰਦੇ ਆ, ਸਮਾਜਿਕ ਵੀ ਅਤੇ ਵਾਤਾਵਰਨ ਦੇ, ਜਿਹੜੇ ਦੋਵੇਂ ਜ਼ਰੂਰੀ ਆ ਜਿਉਂਦੇ ਰਹਿਣ ਵਾਸਤੇ। ਸੋ ਜਿਹਨੂੰ ਅਸੀਂ ਵਿਕਾਸ ਕਹਿੰਦੇ ਹਾਂ, ਜਿਹੜੀ ਤਬਦੀਲੀ ਦਾ ਅਸੀਂ ਬਹੁਤ ਗੁਣਗਾਨ ਕਰਦੇ ਹਾਂ, ਜਿਸ ਵਿਕਾਸ ਦਾ, ਉਸ ਵਿਕਾਸ ਨੇ ਅੱਜ ਨੌਬਤ ਪੈਦਾ ਕਰਤੀ, ਜਿਹਨੂੰ ਸਾਰੀ ਦੁਨੀਆ ਦੇ ਚਤੰਨ ਵਿਅਕਤੀ ਜਿਹੜੇ ਸਿਆਣੇ ਆ ਉਹ ਮੰਨਣ ਲੱਗ ਗਏ ਕਿ ਸੰਸਾਰ ਅੱਜ ਵਿਨਾਸ਼ ਦੇ ਦਹਾਨੇ 'ਤੇ ਖੜਾ ਹੋ ਗਿਆ। ਜਾ ਕੇ ਬਹੁਤੇ ਸਾਲ ਇਹ ਸਿਲਸਿਲਾ ਨਹੀਂ ਚੱਲਣਾ, ਜਿੰਨੀ ਭੁੱਖ ਬੇਲਗਾਮ ਹੋ ਗਈ ਹੈ ਬੰਦੇ ਦੀ, ਕੁਛ ਵੀ ਨਾ ਛੱਡੋ। ਆਹ ਤਾਂ ਆਪਾਂ ਛੋਟੇ ਪੱਧਰ 'ਤੇ ਦੇਖ ਰਹੇ ਹਾਂ ਨਾ, ਜੋ ਦਰਿਆਵਾਂ ਨੂੰ ਰੇਤਾ ਖੱਡਾਂ ਚੁੱਕ ਚੁੱਕ ਕੇ ਉਹਦੇ ਨਾਲ ਦੇਖਦੇ ਕਿੰਨਾ ਕੁਛ ਵਿਗੜ ਰਿਹਾ। ਇਹ ਤਾਂ ਛੋਟੀਆਂ ਖੇਡਾਂ, ਬੰਦਾ ਤਾਂ ਮਤਲਬ ਕਿੱਥੋਂ ਤੱਕ ਵੀ ਗ੍ਰਹਿਆਂ 'ਤੇ ਵੀ ਮੈਂ ਜਾ ਕੇ ਕਬਜ਼ੇ ਕਰ ਲਾਂ। ਸੋ ਇਹ ਜਿਹੜੀ ਬੇਲਗਾਮ ਹੋ ਗਈ ਸਾਰੀ ਭੁੱਖ ਬੰਦੇ ਦੀ, ਉਸ ਨੇ ਜਿੰਨੇ ਹਥਿਆਰ ਪੈਦਾ ਹੋ ਗਏ, ਦੋ ਚੀਜ਼ਾਂ ਤੁਸੀਂ ਦੇਖੋ ਵੀ ਬੰਦਾ ਵਿਕਾਸ ਕਰ ਗਿਆ ਪਰ ਕਰ ਕੀ ਰਿਹਾ, ਇਹੋ ਜਿਹੇ ਹਥਿਆਰ ਪੈਦਾ ਕਰ ਰਿਹਾ ਜਿਹਨੇ ਸਿਰਫ ਲੜਨ ਵਾਲੀ ਧਿਰ ਨੂੰ ਨਹੀਂ ਮਾਰਨਾ। ਅੱਗੇ ਜੰਗਾਂ ਹੁੰਦੀਆਂ ਸੀ ਜਿਹਦੇ 'ਚ ਇਹ ਸੀ ਵੀ ਜੋ ਲੜ ਰਹੇ ਨੇ ਉਹ ਇੱਕ ਦੂਜੇ ਨੂੰ ਮਾਰਦੇ ਸੀ, ਹੁਣ ਉਹ ਗੱਲ ਨਹੀਂ ਰਹਿਣੀ ਵੀ ਹੁਣ ਉਹ ਹਥਿਆਰ ਜਦੋਂ ਵੀ ਚੱਲਣਗੇ ਉਹਨਾਂ ਨੇ ਸਿਰਫ ਲੜ ਰਹੇ ਬੰਦਿਆਂ ਨੂੰ ਨਹੀਂ ਮਾਰਨਾ। ਅਤੇ ਉਹ ਹੁਣ ਇੰਨੇ ਹੋ ਗਏ ਨੇ, ਜੇ ਤੁਸੀਂ ਉਹਦੀਆਂ ਫਿਗਰਸ ਪੜ੍ਹੋ ਵੀ ਜਿਹੜਾ ਆਰਮਸ ਟ੍ਰੇਡ ਇੰਟਰਨੈਸ਼ਨਲ ਕਿੰਨੀ ਚੱਲ ਰਹੀ ਹੈ, ਕਿੰਨੇ ਹਥਿਆਰ ਪੈਦਾ ਹੋ ਗਏ ਅਤੇ ਕਿੰਨਾ ਉਹਨਾਂ ਦਾ ਖਰੀਦੋ ਫਰੋਖਤ ਹੋ ਰਹੀ ਹੈ, ਕਿੰਨੇ ਜਮ੍ਹਾਂ ਕਰ ਰਹੇ ਨੇ। ਪਰਸੋਂ ਹੀ ਤੁਸੀਂ ਖਬਰ ਪੜ੍ਹੀ ਹੋਣੀ ਹੈ ਕਿ ਹਿੰਦੁਸਤਾਨ ਦੀ ਗੌਰਮੈਂਟ ਇਹ ਸੋਚ ਰਹੀ ਹੈ ਕਿ ਜੋ ਅਮਨੀਸ਼ਨ ਹੈ ਇੰਨਾ ਭੰਡਾਰ ਜਮ੍ਹਾਂ ਕਰ ਲਿਆ ਵੀ ਉਹਨੂੰ ਹਿਮਾਲਿਆ ਦੇ ਹੇਠਾਂ ਦੱਬ ਦਿੱਤਾ ਜਾਵੇ। ਹੁਣ ਜਿਹੜਾ ਮੌਤ ਦਾ, ਤਬਾਹੀ ਦਾ ਸਮਾਨ ਹੈ, ਇਹਨੂੰ ਕਿੰਨਾ ਕੁ ਚਿਰ ਸੰਭਾਲ ਲਊਗਾ ਬੰਦਾ? ਅਖੀਰ ਨੂੰ ਇਹਨੇ ਜਾ ਕੇ ਕਿਤੇ ਨਾ ਕਿਤੇ ਮਨੁੱਖਤਾ ਨੂੰ ਤਬਾਹ ਕਰਨਾ। ਮਤਲਬ ਇਸ ਗੱਲ ਨੂੰ ਐਵੇਂ ਕੋਈ ਵੀ ਵਧਾ ਚੜਾ ਕੇ ਕਹੀ ਹੋਈ ਗੱਲ ਨਾ ਸਮਝੀਏ ਆਪਾਂ। ਇਹ ਤੋਂ ਡਰਨਾ, ਅਲਰਟ ਹੋਣਾ ਚਾਹੀਦਾ, ਸਾਵਧਾਨ ਹੋਣਾ ਚਾਹੀਦਾ, ਅਤੇ ਇਹ ਡਰਾਈਵ ਜਿਹੜੀ ਬੰਦੇ ਦੇ ਵਿੱਚ ਉਹਨੂੰ ਸਮਝਣਾ ਚਾਹੀਦਾ ਵੀ ਕਿਉਂ ਇੱਧਰ ਨੂੰ ਪਿਆ ਹੈ। ਇਹੀ ਗੱਲਾਂ ਸੀ ਜੀ ਤੋਂ ਗੁਰੂ ਸਾਹਿਬਾਨ ਬੰਦੇ ਨੂੰ ਸਾਵਧਾਨ ਕਰਦੇ ਹੈ ਕਿ ਇਹਨਾਂ ਚੀਜ਼ਾਂ ਦਾ ਕੋਈ ਅੰਤ ਨਹੀਂ। ਸੋ ਹੋਇਆ ਕੀ ਕਿ ਪਿਛਲੇ ਸਾਰੇ ਪੀੜ ਦੇ ਵਿੱਚ ਜੋ ਪਦਾਰਥਵਾਦ ਅਤੇ ਵਿਗਿਆਨਵਾਦ ਵਧਿਆ, ਉਹਦੇ ਨਾਲ ਬੰਦੇ ਦੀ ਸਮਰੱਥਾ ਬੜੀ ਵੱਧ ਗਈ ਕਿਉਂਕਿ ਟੈਕਨੋਲੋਜੀ ਬਹੁਤ ਆ ਗਈ, ਅਤੇ ਉਸ ਟੈਕਨੋਲੋਜੀ ਨੇ ਬੰਦੇ ਨੂੰ ਇਨਸਾਨੀਅਤ ਨਹੀਂ ਉਹਦੇ 'ਚ ਪੈਦਾ ਕੀਤੀ ਵੀ ਉਹ ਅੱਗੇ ਨੂੰ ਬਿਹਤਰ ਇਨਸਾਨ ਬਣ ਗਿਆ। ਉਹ ਵਿੱਦਿਆ ਬਹੁਤ ਹੋ ਗਈ, ਕਿੱਥੇ ਕੋਈ ਪੜ੍ਹਦਾ ਸੀਗਾ, ਕੋਈ ਟਾਵਾਂ ਟਰ ਬੰਦਾ, ਵਿਰਲਾ ਬੰਦਾ ਕਿਤੇ ਕੋਈ ਪੜ੍ਹਿਆ ਲਿਖਿਆ ਮਿਲਦਾ ਸੀਗਾ। ਅੱਜ ਤਾਂ ਮਤਲਬ ਜਗ੍ਹਾ ਜਗ੍ਹਾ ਦੇ ਉੱਤੇ ਵਿੱਦਿਆ ਦੇ ਉਹ ਬਣ ਗਏ ਨੇ। ਵਿੱਦਿਆ ਬਹੁਤ ਹੋ ਗਈ, ਅਦਾਰੇ ਬਹੁਤ ਹੋ ਗਏ, ਪਰ ਬੰਦਾ ਅਸਭਿਕ ਹੋਈ ਜਾਂਦਾ, ਜੁਰਮ ਵਧੀ ਜਾਂਦੇ ਨੇ, ਹਿੰਸਾ ਵਧੀ ਜਾਂਦੀ ਹੈ। ਪਰ ਤੁਸੀਂ ਹੈਰਾਨ ਹੋਵੋਗੇ, ਜਿਹੜਾ ਅਮਰੀਕਾ ਹੈ, ਜਿਹੜਾ ਸਾਰੀ ਦੁਨੀਆ ਦਾ ਇੱਕ ਆਦਰਸ਼ਕ ਮਾਡਲ ਜਿਹਨੂੰ ਮੰਨਦੇ ਨੇ ਤਰੱਕੀ ਦਾ, ਉਹਦੀਆਂ ਜੇ ਤੁਸੀਂ ਫਿਗਰਸ ਦੇਖੋ ਕਿ 20 ਲੱਖ ਬੰਦੇ ਉਹਨਾਂ ਦੇ ਜੇਲ 'ਚ ਹੈ ਅਤੇ 80 ਲੱਖ ਬੰਦੇ ਉਹਨਾਂ ਦੇ ਪ੍ਰੋਬੇਸ਼ਨ 'ਤੇ ਜਾਂ ਪਰੋਲ 'ਤੇ ਨੇ, 1 ਕਰੋੜ ਬੰਦਾ ਉਹਨਾਂ ਦਾ ਜੁਰਮਾਂ ਦੇ ਵਿੱਚ, ਅਤੇ 2000 ਤੋਂ ਲੈ ਕੇ 2015 ਤੱਕ 15 ਸਾਲਾਂ 'ਚ ਹਰ 10ਵੇਂ ਦਿਨ ਇੱਕ ਨਵੀਂ ਜੇਲ੍ਹ ਉਸਰਦੀ ਰਹੀ ਅਮਰੀਕਾ 'ਚ। ਬੜੀਆਂ ਡਰਾਉਣੀਆਂ ਫਿਗਰਸ ਨੇ ਇਹ ਸਾਰੀਆਂ। ਮਾਇਆ ਦੀ ਕੰਸਨਟਰੇਸ਼ਨ ਕਿੰਨੀ ਹੋ ਰਹੀ ਹੈ ਕੁਛ ਕੁ ਬੰਦਿਆਂ ਦੇ ਹੱਥ 'ਚ, ਉਹਦੀਆਂ ਜੇ ਤੁਸੀਂ ਅੰਕੜੇ ਦੇਖੋ ਕਿ ਦੁਨੀਆ ਦੇ ਜਿਹੜੇ 3 ਸਭ ਤੋਂ ਅਮੀਰ ਬੰਦੇ ਹੈ ਉਹਨਾਂ ਕੋਲ ਹੀ ਇੰਨੀ ਦੌਲਤ ਹੈ ਕਿ ਕਈ ਦੇਸ਼ਾਂ ਦਾ ਬਜਟ ਤੋਂ ਵੱਡੀ ਹੈ।
लोग भुखे मर रहे ने, उन्होंने सेहत दीआं सहूलतां डॉक्टरी सहूलतां नहीं मिल रही, पर पैसा अग लाया नहीं मुक रहा। यह नहीं कि लोगों को पैसा नहीं, पैसे का कोई अंत नहीं, पर पैसा लोगों की मानवता की भलाई लिए नहीं खर्चा जा रहा, क्योंकि उस पढ़ाई ने उस पैसे ने बंदे दे मन अंदर दया पैदा नहीं की जिहड़ी होनी चाहिए। मनुखी गुण जिन्हों असीं कहने ह्यूमन क्वालिटीज, जिहड़े बंदे दे मन च दया ही नहीं, उन्हूं तुसीं मनुख किवें कह सकते? रहम नहीं, जे इन्नी क्रूरता, इन्नी बहशत, इन्नी हिंसा आ गई मन च। सो ये जिहड़ियां चीज़ां ਇਹ ਸਾਨੂੰ ਮਤਲਬ ਸਮਝਣੀਆਂ ਚਾਹੀਦੀਆਂ ਕਿ ਇਹ ਕੀ ਹੈ। ਹੁਣ ਇਹਦੇ ਵਿੱਚੋਂ ਅਸੀਂ ਜਦੋਂ ਸਿੱਖ ਹੋਣ ਦੀ ਗੱਲ ਕਰਦੇ ਹਾਂ, ਇਹਨੂੰ ਕੋਈ ਉਸ ਤਰ੍ਹਾਂ ਤੰਗ ਨਜ਼ਰ ਹੀ ਨਹੀਂ ਸਮਝਣਾ ਚਾਹੀਦਾ। ਜਦੋਂ ਅਸੀਂ ਆਪਦੀ ਵਿਸ਼ੇਸ਼ਤਾ, ਅਸੀਂ ਕਿਸੇ ਦੂਜੇ ਮਤਲਬ ਸਿੱਖ ਜਦੋਂ ਆਪਦੀ ਵਿਸ਼ੇਸ਼ਤਾ ਦੱਸਦਾ, ਇਹਦਾ ਮਤਲਬ ਇਹ ਨਹੀਂ ਕਿ ਉਹ ਦੂਸਰੇ ਨੂੰ ਨੀਵਾਂ ਦੱਸਦਾ। ਉੱਤਮ ਕਹਿਣਾ ਆਪਦੇ ਆਪ ਨੂੰ ਹੋਰ ਗੱਲ ਹੈ, ਅਤੇ ਮਤਲਬ ਵੱਖਰਾ ਕਹਿਣਾ ਹੋਰ ਗੱਲ ਹੈ। ਮਤਲਬ ਸਾਰੀ ਦੁਨੀਆ ਦੇ ਅੱਜ ਭਾਸ਼ਾ ਹੀ ਇਹ ਬਣਨੀ ਚਾਹੀਦੀ ਹੈ ਕਿ ਯਾਰ ਅਸੀਂ ਵੱਖਰੇ ਹਾਂ, ਸਾਡਾ ਇਸ ਵੱਖਰਾਪਣ ਤੁਸੀਂ ਮੰਨੋ, ਇਹਤੋਂ ਭੈ ਨਾ ਖਾਓ। ਕੋਈ ਵੀ ਮਾਡਲ ਗੁਰੂ ਸਾਹਿਬ ਨੇ ਇਹੋ ਜਿਹਾ ਦਿੱਤਾ ਹੀ ਨਹੀਂ ਮਨੁੱਖ ਦਾ ਵੀ ਉਹ ਦੂਜੇ ਦੇ ਮਨ ਅੰਦਰ ਭੈ ਪੈਦਾ ਕਰੇ। ਸਾਡਾ ਤਾਂ ਮਾਟੋ ਹੀ ਇਹ ਭੈ ਕਾਹੂ ਕੋ ਦੇਤ ਨੇ ਨਾ ਭੈ ਮਾਨਤਾ, ਕਿਉਂਕਿ ਜਦੋਂ ਬੰਦਾ ਦੂਜੇ ਨੂੰ ਭੈ ਦੇਊਗਾ ਉਹ ਆਪ ਵੀ ਡੀਹਿਊਮਨਾਈਜ ਹੁੰਦਾ, ਦੂਜੇ ਨੂੰ ਵੀ ਕਰਦਾ। ਡਰਾਉਣ ਵਾਲਾ ਬੰਦਾ ਮਨੁੱਖ ਕਿਵੇਂ ਕਹਿ ਰਹਿ ਸਕਦਾ? ਜਿਹੜਾ ਬੰਦਾ ਡਰ ਗਿਆ ਉਹ ਵੀ ਮਨੁੱਖ ਨਹੀਂ। ਸੋ ਗੁਰੂ ਸਾਹਿਬ ਦਾ ਮਤਲਬ ਇਹ ਸੀ, ਜਿਵੇਂ ਮੈਂ ਪਹਿਲੀ ਗੱਲ ਕੀਤੀ ਕਿ ਉਹਨਾਂ ਨੇ ਕੁਦਰਤ ਨੂੰ ਜਦੋਂ ਉਸਦੇ ਮੌਲਿਕ ਅਵਸਥਾ 'ਚ ਦੇਖਿਆ ਜਿਵੇਂ ਉਹ ਸਿਰਜੀ ਗਈ ਸੀ, ਸਾਡੀ ਦ੍ਰਿਸ਼ਟੀ ਉਹ ਨਹੀਂ ਦੇਖ ਸਕਦੀ ਕੁਦਰਤ ਨੂੰ, ਸਾਡੇ ਕੋਲ ਉਹ ਦ੍ਰਿਸ਼ਟੀ ਰਹੀ ਨਹੀਂ, ਉਹਦੇ ਵਿੱਚ ਬੜੀਆਂ ਡਿਸਟੋਰਸ਼ਨਸ ਆ ਗਈਆਂ, ਬੜਾ ਕੁਛ ਹੋਰ ਸਾਡੇ ਚੜ ਗਿਆ ਉੱਤੇ, ਸਾਨੂੰ ਚੀਜ਼ਾਂ ਉਸ ਤਰ੍ਹਾਂ ਸਪੱਸ਼ਟ ਨਹੀਂ ਦਿਸਦੀਆਂ ਜਿਵੇਂ ਗੁਰੂ ਸਾਹਿਬ ਨੇ, ਕਿਉਂਕਿ ਉਹਨਾਂ ਨੇ ਉਹ, ਮੈਂ ਪਹਿਲਾਂ ਵੀ ਕਿਹਾ ਕਿ ਇੱਕ ਰੱਬੀ ਚਾਨਣ 'ਚ ਦੇਖਿਆ ਸਾਰੀ ਚੀਜ਼ ਨੂੰ, ਉਹਦੇ ਵਿੱਚ ਉਹਨਾਂ ਨੇ ਕੁਦਰਤ ਦਾ ਅਤੇ ਕਾਦਰ ਦਾ ਉਹ ਸਾਰਾ ਸਿਸਟਮ ਅਤੇ ਉਸ ਅਨੁਸਾਰ ਬੰਦੇ ਨੂੰ ਜਿਉਣ ਦਾ ਉਹਨਾਂ ਨੇ ਮਤਲਬ ਦਿੱਤਾ ਹੈ ਕਿ ਇਸ ਤਰ੍ਹਾਂ ਜਿਉਇਆ ਜਾਵੇ। ਹੁਣ ਇਹ ਜਿਹੜਾ ਪੱਖ ਹੈ ਇਹ ਆਤਮਕ ਪੱਖ ਹੈ, ਅਤੇ ਹਰ ਸਿੱਖ ਅੰਦਰ ਇਹ ਆਤਮਕ ਤ੍ਰਿਖਾ ਜਾਂ ਕੁਐਸਟ ਕਿ ਮੈਂ ਕੁਦਰਤ ਅਨੁਸਾਰ ਜਿਉਣਾ ਹੈ, ਅਤੇ ਸਮਾਜ ਦੀ ਜਿਹੜਾ ਮਾਡਲ ਹੈ ਜੋ ਸਿਰਜਣਾ ਹੈ ਉਹਨੂੰ ਕੁਦਰਤ ਦੇ ਅਨੁਸਾਰ ਬਣਾਉਣੀ ਹੈ ਤਾਂ ਕਿ ਸਾਰੇ ਬਹੁਤ ਠੀਕ ਤਰ੍ਹਾਂ ਰਿਹਾ ਜਾ ਸਕੇ। ਇਹ ਹੈ ਹੁਣ, ਪਰ ਜਿਸ ਸੰਸਾਰ ਦੇ ਵਿੱਚ ਅਸੀਂ ਰਹਿ ਰਹੇ ਹਾਂ ਇਹ ਵੀ ਇੱਕ ਹਕੀਕਤ ਹੈ ਕਿ ਜਿੱਥੇ ਤੁਸੀਂ ਰਹਿੰਦੇ ਹੋ ਉਹਦੇ ਚੰਗੇ ਮਾੜੇ ਪ੍ਰਭਾਵ ਵੀ ਪੈਣਗੇ। ਸਿੱਖ ਪੰਥ ਵੀ ਕੋਈ ਇੰਸੂਲੇਟਡ ਨਹੀਂ ਕਿ ਜੋ ਮਰਜ਼ੀ ਸੰਸਾਰ 'ਚ ਹੋਈ ਜਾਵੇ, ਸਿੱਖ ਨੂੰ ਤਾਂ ਜਿਵੇਂ ਗੁਰੂ ਸਾਹਿਬ ਨੇ ਸਿਰ 'ਚ ਤਾਂ ਬਸ ਉਵੇਂ ਹੀ ਹੈ। ਉਹ ਨਿਯਮ ਜਿਹੜਾ ਮੈਂ ਪਹਿਲੀ ਗੱਲ ਕੀਤੀ ਸੀ ਸੰਸਾਰ 'ਤੇ ਕਿ ਬਹੁਤ ਕੁਛ ਬਦਲ ਵੀ ਰਿਹਾ ਪਰ ਬਹੁਤ ਕੁਛ ਨਹੀਂ ਵੀ ਬਦਲ ਰਿਹਾ, ਉਹੀ ਗੱਲ ਸਿੱਖਾਂ 'ਤੇ ਵੀ ਲਾਗੂ ਹੁੰਦੀ। ਸਿੱਖਾਂ ਦਾ ਵੀ ਬਹੁਤ ਕੁਛ ਬਦਲ ਗਿਆ, ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਕੁਛ ਵੀ ਨਹੀਂ ਬਚਿਆ। ਜੇ ਕੁਛ ਵੀ ਨਾ ਬਚਿਆ ਹੁੰਦਾ ਫਿਰ ਤਾਂ ਸਾਰੀ ਉਮੀਦ ਹੀ ਖਤਮ ਹੋ ਜਾਂਦੀ। ਬਹੁਤ ਕੁਛ ਬਚਿਆ ਸਿੱਖ ਦਾ, ਬਹੁਤ ਨਿੱਗਰ ਕੇ ਵੀ ਜਿਹੜੀ ਗੱਲ ਨੂੰ ਸਿੱਖ ਨੇ ਬਚਾਇਆ ਉਹ ਹੈ ਕਿ ਉਹਦੇ ਹਿਰਦੇ 'ਚੋਂ, ਉਹਦੇ ਦਿਲ ਦੇ ਵਿੱਚੋਂ ਜਿਹੜਾ ਗੁਰੂ ਪ੍ਰਤੀ ਪਿਆਰ ਹੈ ਅਤੇ ਵਿਸ਼ਵਾਸ ਹੈ ਉਹ ਖਤਮ ਨਹੀਂ ਹੋਇਆ। ਮਤਲਬ ਕੋਈ ਸਿੱਖ ਇੰਨਾ ਬਸ਼ਰਮ ਨਹੀਂ ਹੋ ਸਕਦਾ ਉਹ ਕਹੇ ਮੈਨੂੰ ਗੁਰੂ ਦੀ ਕੋਈ ਪਰਵਾਹ ਨਹੀਂ, ਪਰ ਕਹੇ ਅਮਲ 'ਚ ਕਰੀ ਜਾਵੇ। ਇੱਕ ਕੁੰਡਾ ਮਨ 'ਤੇ ਇੱਕ ਮਤਲਬ ਜਿਹੜਾ ਗਿਲਟ ਦਾ ਅਹਿਸਾਸ ਹੈ ਬੰਦਾ ਜਿਉਂ ਉਹਦੇ ਵਿੱਚ, ਉਹ ਠੀਕ ਹੈ ਆਪਦੀ ਗੱਲ ਨੂੰ ਉਹ ਵਾਜਬ ਠਹਿਰਾਉਣ ਵਾਸਤੇ ਬੜਾ ਝੂਠ ਬੋਲੂ, ਬੜੇ ਸਿਧਾਂਤ, ਬੜਾ ਕੁਛ ਕਰੂਗਾ ਵੀ ਮੈਂ ਆਹ, ਪਰ ਉਹਨੂੰ ਪਤਾ ਕਿ ਅੰਦਰੋਂ ਕਿਤੇ ਮੈਂ ਗੁਨਾਹਗਾਰ ਹਾਂ ਅਤੇ ਲੇਖਾ ਕਿਤੇ ਦੇਣਾ ਪੈਣਾ, ਇਹ ਤੋਂ ਭੱਜ ਨਹੀਂ ਸਕਦਾ ਬੰਦਾ। ਸੋ ਇਹ ਇੱਕ ਵਿਸ਼ੇਸ਼ਤਾ ਹੈ ਸਿੱਖ ਦੀ ਜਿਹਦੇ ਕਰਕੇ ਇਹ ਨਹੀਂ ਟੁੱਟਿਆ। ਮੈਨੂੰ ਸੰਤ ਅਤਰ, ਮੈਂ ਕਿਤੇ ਪੜ੍ਹਦਾ ਸੀਗਾ ਸੰਤ ਅਤਰ ਸਿੰਘ ਜੀ ਦੀ ਗੱਲ ਕਿ ਜਦੋਂ ਉਹਨਾਂ ਨੂੰ ਕਿਸੇ ਸ਼ਰਧਾਲੂ ਨੇ ਆ ਕੇ ਕਿਹਾ, ਉਸ ਮੌਕੇ ਜੋ ਵਰਤਾਰੇ ਚੱਲ ਰਹੇ ਸੀ ਇਹ ਲੱਗਦਾ ਸੀ, ਇਹ 20ਵੀਂ ਸਦੀ ਦੇ ਬਿਲਕੁਲ ਮੁੱਢਲੇ ਸਾਲਾਂ ਦੀ ਗੱਲ ਹੈ ਕਿ ਜੇ ਇਹੀ ਕੁਛ ਚੱਲਦਾ ਰਿਹਾ ਹੋ ਸਕਦਾ ਸਿੱਖ ਧਰਮ ਬਚੇ ਹੀ ਨਾ। ਇਹੋ ਜਿਹੀਆਂ ਤਾਕਤਾਂ ਸਿੱਖ ਧਰਮ ਨੂੰ ਖਤਮ ਕਰਨ 'ਤੇ ਤੁਲੀਆਂ ਪਈਆਂ, ਅਤੇ ਅਸੀਂ ਕਿੰਨਾ ਕੁ ਚਿਰ ਸਿੱਖ ਧਰਮ ਨੂੰ ਬਚਾ ਸਕਾਂਗੇ? ਉਹਨੇ ਆਪਣਾ ਤੌਖਲਾ ਜ਼ਾਹਰ ਕੀਤਾ ਬਹੁਤ ਦੂਰੋਂ ਆ ਕੇ, ਅਤੇ ਸੰਤ ਅਤਰ ਸਿੰਘ ਨੇ ਬੜੇ ਸ਼ਾਂਤ ਅਤੇ ਅਡੋਲ ਹੋ ਕੇ ਬੜੇ ਸਹਿਜ ਨਾਲ ਜਵਾਬ ਦਿੱਤਾ, ਕਹਿੰਦਾ ਗੁਰਮੁਖਾ ਘਬਰਾਉਣ ਦੀ ਲੋੜ ਨਹੀਂ, ਇਹ ਗੁਰੂ ਘਰ ਦੀ ਜਿਹੜੀ ਜੜ ਹੈ ਇਹ ਹੋਸ਼ੀ ਨਹੀਂ, ਇਹ ਬਹੁਤ ਡੂੰਘੀ ਹੈ, ਇਹਨੂੰ ਪੁੱਟਣ ਵਾਲੇ ਬਹੁਤ ਆਏ ਅਤੇ ਬਹੁਤ ਆਉਣਗੇ, ਇਹ ਪੁੱਟੀ ਨਹੀਂ ਜਾਣੀ, ਵੀ ਪੁੱਟੀ ਜਾਵੇ
आउणगे दौर उतरा चढ़ा बथेरे आउंदे ने, पर जे जड़ हरी है फिर एक उम्मीद है हमेशा ही, वो जड़ हरी रहनी चाहिए है। बस जिदे जड़ सुक गई फिर उहदे विचों कोई मुड़ के रिवाइवल दा फिर तो कोई आस नहीं रह जाती। पर गुरु साहब की जो कमाई है वह एडी तुच्छ नहीं सी, होरना वर्गी नहीं सी, उन्होंने जो कुछ घालना घालियां उहदी जड़ बहुत डूंगी है, वह जड़ सुकनी। इस करके सिख बहुत भी निगर जे पर किते ना किते फिर उम्मीद उठूगी। यही कुछ वापर रहा समाज दे विच। हुण जिहड़े असर पै रहे ने उहनूं मैं फिर ब्रीफ दे विच, क्योंकि टाइम मेरे ख्याल काफ़ी हो गया, कि जिहड़े असर पै रहे ने सिखां दे उत्ते उहदे विच मैं देखदा कि दो आपां रुझानां 'च नखेड़ा कर सकदे हां। जदों सिखां ते जिस्मानी तौर ते हमला हुंदा है किसी भी रूप दे विच, सिखां नूं मारन की कोशिश की जाती है, डराउण की कोशिश की जाती है, जिहदा सब तो सिखरला ते भयानक रूप सी दरबार साहब उत्ते फौजी हमला 1984 दे विच। उस तो बाद कतलेआम सिखां दा जिहड़ा फिर दहाके तो ही वध लम्मा समय चलिया। यह सीगा जिथे आपां कहीए कि सिखां दी होंद ते हस्ती नूं खत्म करन दे जतन, फिजिकल सेंस च भी जदों तां इस तरह का जतन हुंदा है तो सिखां दे बहुत बड़े हिस्से च रोह ते प्रतिकर्म पैदा हुंदा, उहदे खिलाफ डटदे है, प्रोटेस्ट करदे है, रोस पैदा हुंदा है। एक रुझान तां इह है, उहनां चों जरूरी नहीं भी उह सारे सूखम पद्धर ते गुरु नाल जाके जुड़ जाण, जरूरी नहीं, पर एक रुझान जां एक वर्ग उह भी है जिहड़ा सिर्फ दृष्टमान रूप च जो हमले हो रहे ने उन्हां तों ही रिएक्ट नहीं करता, उन्हां नूं किसे भी रूप दे विच जो सिख नूं लग रही ढा है वह नज़र आउंदी है, उहदे अंदर होर तरह का प्रतिकर्म पैदा हुंदा है। सो सिख लड़ रहे ने एक अपनी होंद बचाउण वास्ते, एक आत्मक क्वेस्ट चों जां त्रिखा चों। संत जरनैल सिंह भिंडरां वाले भी लड़े, दूजिआं वांगू लग्गिआ कि वह भी दूजिआं वांगू लड़ रहे ने, पर एक फर्क सी दूजिआं नालों नालदिआं नालों ज़्यादातर बंदिआं नालों कि उन्हां दी जिहड़ी पेन सी वह आत्मक सी। सो उन्हां दे जिहड़े कंसर्न सी, सरोकार सी, उन्हां नूं इह सी वी सिख दी आत्मा मर रही है, ये नहीं कि गिनती घट रही है, साढ़े ज़्यादा बंदे मर रहे हैं, चलो वह भी एक गल हुंदी है जदों थोड़े ते इस तरह का हमला हुंदा। सो जिहड़ी आत्मा नूं लग रही ढा है वह उन्हां नूं लगदा सी कि बहुत जे इहदा कोई उपा ना किया गया फिर शायद सिख कौम नूं बचाउणा मुश्किल हो जाए। उहदे उन्हां नूं कुछ प्रूफ दिसे, कुछ उहदियां मतलब इंडीकेशनज दिसियां कि क्यों असीं इस तरह के हो गए। फॉर एग्जाम्पल सारिआं नूं पता 1978 दे विच विसाखी दे मौके ते अमृतसर दे विच सिखां दा निरंकारियां ने कतल किया, बिल्कुल नजायज, नहत्थे लोकां ते हथियारबंद बंदिआं ने गोलियां चलातियां, चलो हो गया। उदू बाद यह सी वे एक तो यह भी सिख लीडरशिप वो खिलाफ कुछ करती है, फर्ज बनता है बीइंग ए सिख, सिख कौम के कस्टोडियन आ, उन्हां दी सरकार है, उन्हां दी पार्टी है, उन्हां नूं लोकां ने लीडर बनाया है, भी वह कोई उपा कर दे सिख कौम की इस वेदना समझ दे। दूजी गल जिस राज असी रह रहे हैं उस राज दे भी कुछ कानून, वह कानून भी कुछ करते कि सिखां नूं उस च इंसाफ मिलता ना, तो उत्थे वो इंसाफ मिलिया, साफ बरी हो गए कतल, ना लीडरशिप ने कोई उपा किया ते ना संतां ने देखिया कौम चों कोई वड्डा उजर उठ रहा है उस मौके, ये तो बाद दीआं गल्लां उन्होंने। सो इहदे चों फिर संतां नूं एक डरावना भविख नज़र आया कि की बन रहे हैं असीं, बंदिआं दे गुलाम होई जांदे आ, लीडरां दे गुलाम होई जांदे आ, सिख की ते किसे व्यक्ति का गुलाम की। सो उहदे अंदर तां मतलब एक पूरी सोबरेंटी का जज्बा कि अकाल पुरख तो बिना होर किसे मतलब तुसीं मनुखी हस्ती अगे तुसीं चिप जो जब उहदे गुलाम बन जाओ, उहदीआं खुशामदां करन लग जाओ। सो जदों सारा कुछ वरतारा उहनां ने देखिआ ते उहनां नूं एक चिंता खड़ी होई, उहनां दी पेन आस कि इस आत्मक जो गिरावट आ गई इहदा की उपा किया जावे। इहदा उपा कल्ले नारियां नाल नहीं सी, कल्ले जकारे छड्ड के नहीं सी होना, कल्ले मते पा के नहीं सी होना, ना धरने ते मुजहरे करके होना। जिस तरह हो सकता वह लड़ाई का एक होर धरातल है
कि विरोधी जां सरकार तुहाडे ते तशद्दुद कर रही है जां हमला कर रही है, तुसीं उहदे खिलाफ भी एक प्रोटेस्ट लाम बंद कर दिओ। एक धरातल उह भी है, पर एक धरातल इह कि कौम की मर चुकी जिहड़ी जमीर आ उहनूं किवें मुड़ के जगाया जावे, उहदे वास्ते जतन होर तरह दे चाहीदे। सो मेरी इह जिन्ना कु मैं समझण दा कोशिश कीता संत जरनैल सिंह नूं कि 78 तो बाद उन्होंने जो भी कदम से उन्होंने पता से मैं किस दिशा वाल किस मंजिल ते जाना। शहादत का सफर ही है सारे सालों का, बंदे होर गल्लां चुलझे रहे बड़े, समझौता हो सकता है जी, सरकार गलबात करना चाहती है, इनू इस तरह हो सकता है। संतां ने बड़ी मौज च कहा भी कर लो जे हो सकता है कर लोगे, कोई माड़ी गल नहीं, पर उन्होंने पता से कुछ नहीं होना। इत्थे इह इक फर्क हुंदा है कि किसी नूं हकीकत किस तरह दिसदी है, नज़र धोखा खांदी है बहुत ज्यादा, जिहड़े बंदियां दी लिब उत्थे तक नहीं लगी हुंदी। सो सूखम दृष्टि जो संतां ने देख लिया सी कि इस मसले का हुण हल भी मुड़ के शहादत ही, क्योंकि सिखां जिन्ना चिर सिख अपने आत्मक सोमे नाल नहीं जुड़नगे उन्हां दी आत्मा नूं ताकत नहीं मिल सकती। जो गिरावट आ गई उह ते सिखां दा आत्मक सोमा तां दरबार साहिब ही आ सारे इतिहास दे। सो शहादत कित्थे ते किस रूप च देनी है, हुण इहदे चों आपां इह वी नहीं कह सकदे यार उहनां ने तां गिण मिथ के किसी स्कीम चों सारी कौम नूं उस तरह करता, इन्ना सिंपल भी नहीं हुंदा है। मतलब उहनां ने इह धार लिया सी कि जे मैनूं सिर देना पैंदा, पहले दिनों कहता ते मुड़ के फिर उह ते निवे भी अखीर नूं जाके। गल तां इह वी उहनां ने उह तैयारी कर ली सी। जदों उह शहादत होई उस तो बाद तुसीं देखो सारे हालात किवें बदले, जिहड़े बंदे सिक्खी तो किन्नी दूर भज गए सी, कोई कामरेड बन गया, कोई पतत हो गया, कोई किसी पासे चला गया, मतलब किवें हजारां लखां दी गिणती च मुड़ के दस्तारां सजियां सरूप दे विच आए, जज्बा उह पैदा होया ते दुनिया दी किड्डी वड्डी ताकत नाल रड़े मैदान टक्कर लई जिथे कोई पहाड़ भी नहीं लोकन वास्ते। 18वीं सदी सिखां कोले चलो ये तां सी ना कदे बीकानेर वल नूं निकल जांदे सी, कदे शिवालक दीआं पहाड़ियां ते चले जांदे सी जंग लड़दे होए किसे मौके आपदा बचाउण, इत्थे तां कुछ भी नहीं सीगा, नंगा धड़ ते 10 साल लड़े एड्डी एड्डी खूंखार ताकत नाल। सो जिहड़ियां गल्लां इह लगदियां सी कि उह तां जो 18वीं सदी दी गल होर सी, अज नहीं, अज तां मनुख निगर गया। सो इह जगाया जा सकदा उह जज्बा, पर उहदे वास्ते कुरबानी देण दी गल हुंदी है, ते हमेशा उही राह नहीं हुंदा कि जिवें संत ने कीता सी अज भी होई। विवेक दा ज्ञान दा इहदा भी इक आपदा रोल है। सो उदों बाद इह गल भी होई है कि सिखां दी रुचि उह गल्लां नूं जिन्हें विसारतियां सी उहनां ने कि साडे गुरुआं ने की कहा की लिखिया किहो जिहा जीवन जिउया साडा इतिहास की है साडा विरसा की है, इह गल्लां च रुचि जागी है दुबारा। जदों असीं कॉलेजां च पढ़ते सी कोई नहीं सी इस तरह दीआं गल्लां दे विच दिलचस्पी लैंदा, बिल्कुल बंदे इस गल्लां तों टुट चुके सी। सो अज जिहड़ी फिर साडे वास्ते जदों असीं इस संसार दे विच विचरना किते भी विचरना तां असीं पहली गल तां इह कि असीं मानवता दे सामने उह मॉडल लै के आईए जो सानूं गुरुआं ने दित्ता, कि असीं इहो जिहा बंदा ते इहो जिहा समाज सिरजना चाहुंदे हां। असीं किसे ते गलबा पाउणा ही नहीं चाहुंदे, किसे तों कुछ खोणा ही नहीं चाहुंदे, आपदा बचाउणा चाहुंदे हां। आपदा भी की जिहड़ा साडा बहुत कीमती खजाना, साडा विरसा, साडा हैरीटेज है, साडी गुरुआं दी कमाई है, जिहदे वास्ते सरबंस वारे न, सीस दित्ते न, तत्तियां तवियां ते बैठे न, उह सारी चीज असीं किवें रुड़दी देख लईए। इह किसे ते तां कोई हमला नहीं ना, इह तां आपदी चीज नूं बचाउण दा है, ते जे किसे नूं साडी आपदी चीज बचाउण चों ही भय आउंदा है तां इह प्रॉब्लम उहदी है, साडी तां नहीं ना। इह समझना पऊ उहनूं भय क्यों आउंदा है, इट मीन जो उहदे विच कोई होर रुचियां, उहदे अंदरले पाप कम रहे न कोई। सो इस तरह असीं अज दे युग दे विच इस संसार दे विच ना तां इस तरक्की नाल अखां चुंधिया जाण वी हुण तां बस संसार सुरग बन जूगा, कोई सुरग नहीं बनना, जुर्म वध रहे ने, बीमारियां वध रही हैं, हिंसा वध रही है, सब कुछ वध रहा है, मैडिकल साइंस कित्थों तक पहुँच गई पर बीमारियां का कोई अंत ही नहीं, कानून बनी जांदे ने, सब कुछ हो ही जांदा है पर बंदे च उह सारे जुर्म हो ही जांदे ने। सो जिहदा मतलब इह मानवता का राह नहीं, ते गुरु साहब ने यही किया कि मानवता के राह तो भटके लोगों मुड़ मानवता के राह पर पाया। तो ये
ਇਹ ਉਹਨਾਂ ਦੀ ਬਖਸ਼ਿਸ਼ ਦਾ ਹੀ। ਜੇ ਅਸੀਂ ਕਹੀ ਕਿ ਸੱਜਣ ਠੱਗ ਜਾਂ ਕੌਡੇ ਰਾਕਸ਼ ਨੂੰ ਉਹਨਾਂ ਨੇ ਕਿਸੇ ਦਲੀਲ ਨਾ ਸਮਝਾਤਾ, ਦਲੀਲ ਦੀ ਬੜੀ ਸੀਮਤ ਜੀ ਸਮਰੱਥਾ ਤਾਕਤ ਹੁੰਦੀ ਹੈ। ਦਲੀਲ ਵੀ ਅਸਰ ਕਰਦੀ ਹੁੰਦੀ ਹੈ ਕਿਸੇ ਪੱਧਰ ਤੱਕ, ਪਰ ਇਕੱਲੀ ਦਲੀਲ ਬਖਸ਼ਿਸ਼, ਅਤੇ ਬਖਸ਼ਿਸ਼ ਉਹ ਤਾਂ ਹੋ ਜਿਹੜਾ ਉਹਦਾ ਹੱਕਦਾਰ ਹੋ, ਅਤੇ ਬਖਸ਼ਿਸ਼ ਦਾ ਹੱਕਦਾਰ ਹੋਣ ਲਈ ਮਨ ਨਿਰਮਲ ਕਰਨਾ ਪਊ। ਸੋ ਗੱਲ ਤਾਂ ਫਿਰ ਇਹ ਇੱਥੇ ਹੀ ਆਉਂਦੀ ਹੈ ਕਿ ਜੇ ਅੰਦਰੋਂ ਨਿਰਮਲ ਨਹੀਂ, ਸੋ ਸਾਨੂੰ ਗੁਰੂ ਸਾਹਿਬਾਨ ਨੇ ਅੰਤਰੀਵ ਸੁੱਚਮ ਵਿੱਚ ਜਿਉਣ ਦੀ ਜਾਚ ਸਿਖਾਈ ਸੀ। ਅੱਜ ਦਾ ਸੰਸਾਰ ਦੂਜੀ ਤਰ੍ਹਾਂ ਕਰ ਰਿਹਾ ਬੰਦੇ ਨੂੰ ਕਿ ਪਦਾਰਥਕ ਭੋਗਣਾ ਚੀਜ਼ਾਂ ਨੂੰ, ਵਸਤਾਂ ਨੂੰ ਉਹ ਭੁੱਖ ਵਧਾ ਰਿਹਾ। ਅੰਤਰੀਵ ਸੁੱਚਤਾ 'ਤੇ ਕੋਈ ਕਿਸੇ ਦਾ ਸਰੋਕਾਰ ਨਹੀਂ। ਇਸ ਕਰਕੇ ਜਿੰਨਾ ਇਹ ਵਿਕਾਸ ਹੋਈ ਜਾਊ, ਜਿੰਨੀ ਵਿੱਦਿਆ ਫੈਲੀ ਜਾਊ, ਕਿਉਂਕਿ ਹੁਣ ਆਪਾਂ ਦੇਖੀਏ ਵਿੱਦਿਆ ਕੀ ਹੈ, ਕੁਛ ਵੀ ਸੱਭਿਆਚਾਰ ਹੈ, ਵਿੱਦਿਆ ਹੈ, ਧਰਮ ਹੈ, ਰਾਜਨੀਤੀ ਹੈ, ਸਭ ਵਪਾਰ ਹੈ ਕਾਰਪੋਰੇਟਸ ਦਾ, ਉਹ ਏਜੰਡੇ ਤੈਅ ਕਰਦੇ ਨੇ, ਉਹਨਾਂ ਨੂੰ ਪੁਰਜੇ ਚਾਹੀਦੇ ਹੈ। ਸੋ ਉਹ ਪੁਰਜੇ ਪੈਦਾ ਕਰ ਰਹੇ ਨੇ ਆਪਦੇ ਕਾਰੋਬਾਰ ਚਲਾਉਣ ਵਾਸਤੇ। ਧਰਮ ਵੀ ਵਪਾਰ ਬਣਾ ਲਿਆ ਉਹਨਾਂ ਨੇ, ਤੁਸੀਂ ਦੇਖ ਲਓ ਜਿਸ ਕਿਸਮ ਦਾ ਹੁਣ ਪ੍ਰਾਪੇਗੰਡੇ ਦਾ ਤਰੀਕਾ ਚੱਲ ਰਿਹਾ, ਪ੍ਰਚਾਰ ਦਾ ਤਰੀਕਾ ਚੱਲ ਰਿਹਾ, ਇਹ ਸਭ ਕੁਛ ਪ੍ਰਚਾਰ ਹੋ ਗਿਆ। ਸੋ ਇਹਦੇ ਵਿੱਚੋਂ ਕੋਈ ਮਾਨਵਤਾ ਨੂੰ ਸੁਚਾਰੂ ਸਿਹਤ ਮਿਲੇ, ਕੋਈ ਹੈਲਥ ਮਿਲੇ ਉਹਨਾਂ ਨੂੰ, ਉਹ ਚੀਜ਼ਾਂ ਨਹੀਂ ਵਾਪਰ ਰਹੀਆਂ। ਸੋ ਇਹਦੇ ਵਿੱਚੋਂ ਕੋਈ ਇਹ ਵੀ ਨਹੀਂ ਕਿ ਅਸੀਂ ਕੋਈ ਲਾ ਕਾਨੂੰਨੀ ਵਾਲੀ ਗੱਲ ਹੋਣੀ ਹੈ, ਕੋਈ ਹਿੰਸਾ ਵਾਲੀ ਗੱਲ ਹੋਣੀ ਹੈ, ਮਤਲਬ ਇਹੀ ਜੀ ਤਾਂ ਕੋਈ ਗੱਲ ਵੀ ਜਦੋਂ ਅਸੀਂ ਇਸ ਤਰ੍ਹਾਂ ਦੀ ਗੱਲ ਕਰਦੇ ਹਾਂ ਬੰਦਿਆਂ ਨੂੰ ਇੱਕਦਮ ਡਰ ਪੈਦਾ ਹੋ ਜਾਂਦਾ ਵੀ ਸ਼ਾਇਦ ਇਹ ਤਾਂ ਉਸ ਤਰ੍ਹਾਂ ਦੀ ਗੱਲ ਕਰ ਰਹੇ। ਸੋ ਅਸੀਂ ਬਸ ਮੈਂ ਗੱਲ ਖਤਮ ਕਰ ਰਿਹਾ ਅਖੀਰ 'ਤੇ ਆ ਕੇ, ਅਤੇ ਮੈਨੂੰ ਲੱਗ ਰਿਹਾ ਕਿ ਪਹਿਲੇ ਪਾਤਸ਼ਾਹ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਮਨਾ ਰਿਹਾ ਜਾ ਰਿਹਾ ਬਹੁਤ ਵੱਡੀ ਪੱਧਰ ਦੇ ਉੱਤੇ। ਗੁਰੂਆਂ ਨੂੰ ਅਸੀਂ ਯਾਦ ਕਰਦੇ ਹਾਂ, ਨੋ ਡਾਊਟ, ਪਰ ਸਿੱਖ ਜਿੰਨਾ ਆਪਣੇ ਗੁਰੂਆਂ ਨੂੰ ਯਾਦ ਕਰਦੇ ਨੇ, ਜਿੰਨਾ ਉਹ ਉਹਨਾਂ ਨੂੰ ਪਿਆਰ ਕਰਦੇ ਹੈ, ਸ਼ਾਇਦ ਇੰਨਾ ਹੋਰ ਦੁਨੀਆਂ ਦੇ ਵਿੱਚ ਦੂਜੇ ਧਰਮਾਂ ਵਾਲੇ ਨਾ ਕਰਦੇ ਹੋਣ। ਪਰ ਯਾਦ ਕਿਵੇਂ ਕਰਨਾ ਇਹ ਬਹੁਤ ਇੰਪੋਰਟੈਂਟ ਹੈ। ਉਹਦੇ 'ਚ ਇੱਕੋ ਹੀ ਗੱਲ ਹੈ, ਬਹੁਤੀ ਲੰਬੀ ਚੌੜੀ ਕੋਈ ਗੱਲ ਨਹੀਂ। ਗੁਰੂ ਦੀ ਜਿਹੜੀ ਦੈਵੀ ਅਜ਼ਮਤ ਹੈ, ਉਹਦੀ ਡਿਵਾਈਨ ਗ੍ਰੇਸ ਹੈ, ਉਹਨੂੰ ਕੋਈ ਆਂਚ ਨਹੀਂ ਆਉਣੀ ਚਾਹੀਦੀ। ਤੁਸੀਂ ਗੁਰੂ ਦੀ ਵਿਆਖਿਆ ਕਰਦੇ ਹੋ, ਉਹਨਾਂ ਨੇ ਆਹ ਕੀਤਾ ਜੀ, ਉਹਨਾਂ ਨੇ ਆਹ ਕੀਤਾ, ਕਈ ਵਾਰ ਉਸ ਵਿਆਖਿਆ 'ਚੋਂ ਗੁਰੂ ਦੀ ਜਿਹੜੀ ਡਿਵਾਈਨ ਗ੍ਰੇਸ ਹੈ ਉਹਨੂੰ ਸੱਟ ਵੱਜਦੀ ਹੈ। ਜਿਵੇਂ ਗੁਰੂ ਕੋਈ ਵਿਦਵਾਨ ਹੁੰਦਾ ਹੈ, ਉਹਨਾਂ ਦੀ ਕਵਿਤਾ ਦਾ ਇੱਕ ਕਵ ਗੁਰਬਾਣੀ ਦਾ ਤੁਸੀਂ ਕਾਵ ਵੰਨਗੀ ਦੇ ਤੌਰ 'ਤੇ ਮੁਲਾਂਕਣ ਕਰਨ ਲੱਗ ਜਾਓ, ਗੁਰਬਾਣੀ ਕੀ ਰਹਿ ਜੂਗੀ ਜੀ, ਤੁਰਕੀ ਬਾਣੀ ਹੈ, ਜਿਵੇਂ ਸੋਚ ਸਮਝ ਕੇ ਅੱਖਰ ਜੋੜੇ ਹੁੰਦੇ ਨੇ, ਫਿਰ ਤੋਂ ਇੱਕ ਸਧਾਰਨ ਕਵੀ ਹੈ। ਮਤਲਬ ਗੁਰੂ ਦੀ ਜਦੋਂ ਵਿਸ਼ੇਸ਼ਤਾ ਦੱਸਣੀ ਹੈ ਉਹਨੂੰ ਕਿਸੇ ਦੁਨਿਆਵੀ ਵਿਸ਼ੇਸ਼ਤਾ 'ਚ ਨਾ ਲੈ ਕੇ ਆਓ ਵੀ ਉਹ ਕਵੀ ਸੀ ਜੀ, ਉਹ ਵਿਦਵਾਨ ਸੀ ਜੀ, ਉਹ ਤਰਕਸ਼ੀਲ ਸੀ, ਦਸਮ ਪਾਤਸ਼ਾਹ ਬਹੁਤ ਵੱਡੇ ਜਰਨੈਲ ਸੀ, ਜਰਨੈਲ ਤਾਂ ਲੱਖਾਂ ਤੁਰੇ ਫਿਰਦਿਆ ਸੰਸਾਰ, ਦੁਨਿਆਵੀ ਸਿਫਤਾਂ ਕੋਈ ਸੀਗੀਆਂ ਗੁਰੂਆਂ ਸਾਰੀਆਂ ਕੁਛ, ਪਰ ਗੁਰੂ ਨੂੰ ਦਰਸਾਉਣ ਲਈ ਦੁਨਿਆਵੀ ਸਿਫਤਾਂ 'ਚ ਉਹਦੀ ਦੈਵੀ ਅਜ਼ਮਤ ਕੀ ਸੀ, ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਗੁਰੂ ਕੀ ਸੀ ਜਿਹਦੇ ਨਾਲ ਉਹਨਾਂ ਨੇ ਐਡੇ ਵੱਡੇ ਕ੍ਰਿਸ਼ਮੇ ਕਰਕੇ ਦਿਖਾ ਤੇ। ਬਾਕੀ ਹਰ ਵਿਦਵਾਨ ਇਸ ਤਰ੍ਹਾਂ ਨਹੀਂ ਕਰ ਸਕਦਾ। ਸੋ ਅੱਜ ਜੋ ਖੇਡਾਂ ਹੋ ਰਹੀਆਂ, ਜੋ ਯਤਨ ਹੋ ਰਹੇ ਨੇ, ਉਹ ਬੁੱਧੀ ਦੇ ਜ਼ੋਰ 'ਤੇ ਹੋ ਰਹੇ ਨੇ। ਸਿੱਖ ਕੌਮ ਦਾ ਸੰਕਟ ਵੀ ਜਿਹੜਾ ਹੈ ਉਹ ਵੀ ਬੁੱਧੀ ਦੇ ਜ਼ੋਰ ਨਾਲ, ਅਕਲਾਂ ਦੇ ਜ਼ੋਰ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਿਰੋਲ ਅਕਲਾਂ ਨਾਲ ਇਹਦਾ ਹੱਲ ਨਹੀਂ ਹੋਣਾ, ਇਹਦਾ ਹੱਲ ਗੁਰੂ ਦੀ ਬਖਸ਼ਿਸ਼ ਨਾਲ ਹੋਣਾ, ਅਤੇ ਗੁਰੂ ਦੀ ਬਖਸ਼ਿਸ਼ ਤਾਂ ਹੋਊ ਜੇ ਸਾਡੇ ਅੰਦਰੋਂ ਜਿਹੜਾ ਅਸੀਂ ਜਿਹੜੀ ਮੈਲ ਚੜ ਗਈ ਹੈ ਉਹ ਦੂਰ ਹੋ। ਨਹੀਂ ਗੁਰੂ ਨੇ ਸਾਨੂੰ ਕਬੂਲ ਨਹੀਂ ਕਰਨਾ, ਅਤੇ ਜਾਂ ਚਿਰ ਗੁਰੂ ਨੇ ਕਬੂਲ ਨਹੀਂ ਕਰਨਾ ਨਾ ਸਾਨੂੰ ਰਾਜ ਮਿਲਣਾ, ਸਾਨੂੰ ਕੁਛ ਵੀ ਨਹੀਂ ਮਿਲਣਾ, ਜੋ ਮਿਲਣਾ ਗੁਰੂ ਦੀ ਬਖਸ਼ਿਸ਼ ਨਾਲ ਮਿਲਣਾ। ਸੋ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।